ਕਿ ਪੰਜਾਬ ਤਾਂ ਆਏ ਸੀ ਘਰਦਿਆਂ ਨੂੰ ਮਿਲਣ ਕਿ ਇਹਨਾਂ ਨੇ ਕੈਨੇਡਾ ਜਾਣਾ ਸੀਗਾ, ਪਰ ਉਹ ਸਾਰਾ ਕੁਝ ਛੱਡ ਛੁਡਾ ਕੇ ਇਸ ਵਕਤ ਇੱਥੇ ਪੰਜਾਬ ਦੇ ਹੋ ਗਏ ਨੇ, ਕਿਉਂਕਿ ਇਹਨੂੰ ਲੱਗਾ ਕਿ ਪੰਜਾਬ ਨੂੰ ਉਹਨਾਂ ਦੀ ਵੱਧ ਲੋੜ ਆ। ਵਾਈਲਡ ਲਾਈਫ ਨੂੰ ਲੈ ਕੇ ਅਸੀਂ ਬਹੁਤੇ ਸੀਰੀਅਸ ਨਹੀਂ ਹੈਗੇ, ਜਿਹੜੀ ਸਾਫ਼ ਗੱਲ ਹੈ ਪੰਜਾਬੀਆਂ ਦੀ, ਕਿਉਂ ਭਾਅ ਜੀ ਸਹੀ ਹੈ? ਬਿਲਕੁਲ ਬਿਲਕੁਲ, ਪੰਜਾਬੀ ਨੂੰ ਐਕਚੁਲੀ ਪਤਾ ਹੀ ਹੈ ਨਹੀਂ ਗਾ ਵਾਈਲਡ ਲਾਈਫ ਬਾਰੇ, ਪਤਾ ਹੀ ਨਹੀਂ ਹੈਗਾ, ਅਣਜਾਣ ਨੇ ਪੰਜਾਬੀ ਜਿਹੜੇ ਨੇ ਉਹ ਹਲੇ ਅਗਿਆਨ ਨੇ ਇਸ ਪਾਸੇ ਨੂੰ। ਇਹਦੇ ਨੀਚੇ ਹੋਰ ਜਾਨਵਰ ਆਉਂਦੇ ਨੇ, ਜੇ ਤੁਸੀਂ ਲੈਪਰਡ ਹੈਗਾ ਤੁਹਾਡੇ ਕੋਲ ਕੋਈ ਸਪੀਸੀ, ਅਸੀਂ ਇਹ ਨਹੀਂ ਕਹਿ ਸਕਦੇ ਕਿ ਤੇਂਦੂਆ ਕਿਤੇ ਬਾਹਰੋਂ ਆ ਗਿਆ। ਹਾਂ, ਉਹ ਇੱਥੇ ਸਾਡਾ ਹੀ ਸਨੀਕ ਆ, ਜਿੱਥੇ ਤੇਂਦੂਆ ਹੋਊਗਾ। ਹਾਂਜੀ, ਸਾਡੇ ਕੋਲ ਬਲੈਕ ਬੱਗ ਹੈਗਾ ਜਿਹਦੇ ਸਲਮਾਨ ਖਾਨ ਦਾ ਜੂਨ ਮਰਨ ਹੋਇਆ ਪਿਆ ਜਿਹਦੇ ਕਰਕੇ, ਉਹ ਸਾਡੇ ਕੋਲ ਹੈ। ਪੰਜਾਬ ਦੇ ਵਿੱਚ ਇੱਕ ਐਸਾ ਜਾਨਵਰ ਹੈ ਜਿਹੜਾ ਦੁਨੀਆ ਦੇ ਵਿੱਚ ਸਿਰਫ 6 ਜਗ੍ਹਾ 'ਤੇ ਹੀ ਮਿਲਦਾ, ਉਹ ਹੈਗਾ ਫਰੈਸ਼ ਵਾਟਰ ਰਿਵਰ ਡੋਲਫਿਨ, ਬੁੱਲਣ ਵੇਲ ਕਹਿੰਦੇ ਆਪਾਂ ਉਹਨੂੰ। ਹਾਂਜੀ, ਜ਼ੀਰੇ ਦੇ ਕੋਲ ਹਰੀਕੇ ਦੇ ਲਾਗ ਹਰੀਕੇ ਵੈਟਲੈਂਡ ਹੈ, ਬਹੁਤ ਮਸ਼ਹੂਰ। ਹਾਂਜੀ, ਅਤੇ ਪੰਜਾਬ ਦੇ ਵਿੱਚ ਮੰਨ ਲਓ ਦੇਖੋ ਕਿ ਇੱਕ ਐਸੀ ਚੀਜ਼ ਹੈ, ਐਸੀ ਪ੍ਰਜਾਤੀ ਹੈ ਜਿਹੜੀ ਦੁਨੀਆ ਦੇ ਵਿੱਚ ਸਿਰਫ 6 ਜਗ੍ਹਾ 'ਤੇ ਆ। ਹਾਂਜੀ, ਅਤੇ ਅਸੀਂ ਦੁਨੀਆ ਦੇ ਵਾਈਲਡ ਲਾਈਫ ਦੇ ਮਾਨਚਿੱਤਰ ਦੇ ਉੱਪਰ ਪੰਜਾਬ ਇੱਕ ਇੰਪੋਰਟੈਂਟ ਸਪੋਟ ਹੈ। ਜੀ, ਪ੍ਰੋਬਲਮ ਬਸ ਇੱਥੇ ਹੈ ਕਿ ਅਸੀਂ ਇਹ ਸਾਰੇ ਜਾਨਵਰ ਬਾਰੇ ਸਾਨੂੰ ਪਤਾ ਵੀ, ਉੱਥੇ ਬੰਦੇ ਅਤੇ ਲੈਪਰਡ ਰਲ ਮਿਲ ਕੇ ਰਹਿੰਦੇ ਨੇ ਇੱਕ ਦੂਜੇ ਨਾਲ। ਅੱਛਾ ਜੀ, ਅਤੇ ਉੱਥੇ ਹੁਣ ਟੂਰਿਸਟ ਇੰਨਾ ਵੱਧ ਗਿਆ, ਜਿਹੜੇ ਵੱਡੇ ਮੰਨੇ 'ਚ ਨਾਂ ਨੇ ਸਚਿਨ ਤੇਂਦੁਲਕਰ ਦੀ ਕੁੜੀ, ਸਚਿਨ ਤੇਂਦੁਲਕਰ ਆਪ ਹੁਣ ਅੱਜ ਕੱਲ੍ਹ ਵਾਈਲਡ ਲਾਈਫ, ਇਹਨਾਂ ਦੇ ਵਿੱਚ ਬਣੇ ਹੋਏ ਹੋਟਲ ਜਿਹੜੇ ਨੇ ਉਹਨਾਂ ਦਾ ਕਈਆਂ ਦਾ ਕਿਰਾਇਆ ਲੱਖ ਲੱਖ ਰੁਪਇਆ ਰਾਤ ਦਾ। ਅੱਛਾ ਜੀ, ਇਹਨਾਂ ਦੋਨਾਂ ਜਗ੍ਹਾ ਦੇ ਉੱਪਰ ਲੋਕ ਜਾਂਦੇ ਨੇ ਲੈਪਰਡ ਨੂੰ ਕੋਲੋਂ ਦੇਖਦੇ ਨੇ। ਅਤੇ ਇੰਡੀਆ ਦੇ ਵਿੱਚ ਐਸਾ ਕੋਈ ਟੂਰਿਸਟ ਨਹੀਂ ਹੈਗਾ ਗੋਰਾ ਜਿਹੜਾ ਬਾਹਰੋਂ ਆਉਂਦਾ ਅਤੇ ਉਹਦੀ ਲਿਸਟ ਵਿੱਚ ਦਰਬਾਰ ਸਾਹਿਬ ਗੋਲਡਨ ਟੈਂਪਲ ਨਾ ਹੋਵੇ। ਹਾਂਜੀ, ਹੁਸ਼ਿਆਰਪੁਰ ਜ਼ਿਲ੍ਹਾ, ਉੱਥੇ ਤੁਸੀਂ ਜੀਪਾਂ ਲਾਓ, ਸਫਾਰੀ ਸ਼ੁਰੂ ਕਰੋ ਅਤੇ ਤੁਹਾਡੇ ਕੋਲ ਇਹ ਟੂਰਿਜ਼ਮ ਸਾਰਾ ਉੱਥੇ ਆਊਗਾ। ਹਾਂਜੀ, ਤੁਸੀਂ ਇਸ ਟੂਰਿਜ਼ਮ ਨੂੰ ਕੈਟਰ ਕਰ ਸਕਦੇ ਹੋ ਅਤੇ ਪੰਜਾਬ ਦੇ ਲਈ ਰੁਜ਼ਗਾਰ ਪੈਦਾ ਕਰ ਸਕਦੇ ਹੋ। ਅੱਜ ਉਹ 8000 ਰੁਪਏ ਦੀ ਹੁੰਦੀ ਹੈ। ਅੱਛਾ, ਇੱਕ ਸਫਾਰੀ, ਅਤੇ ਸਾਡੇ 'ਚ ਪੰਜਾਬੀ ਟੂਰਿਸਟ ਬਹੁਤ ਜਾਂਦਾ ਉੱਧਰ, ਹਿਮਾਚਲ ਤੁਰੇ ਨੇ, ਮਨਾਲੀ ਕਿੰਨੇ ਭਰਿਆ ਹੁੰਦਾ ਸਾਰਾ, ਅਤੇ ਉਵੇਂ ਦੀ ਸਫਾਰੀ ਪੰਜਾਬ 'ਚ ਬਣ ਸਕਦੀ? ਬਣ ਸਕਦੀ ਹੈ, ਬਿਲਕੁਲ, ਤੁਹਾਡੇ ਕੋਲ ਲੈਪਰਡ ਹੈਗਾ, ਜਿਹੜੇ ਉੱਥੇ ਲੋਕਲ ਨੇ, ਗੁੱਜਰ ਨੇ, ਵਣ ਗੁੱਜਰ ਨੇ, ਉਹ ਕਈ ਸਾਲਾਂ ਤੋਂ ਉੱਥੇ ਰਹਿੰਦੇ, ਲੋਕ ਉੱਥੇ ਜ਼ਮੀਨਾਂ ਸਸਤੀਆਂ ਵੇਚ ਵੇਚ ਕੇ ਬਾਹਰ ਨੂੰ ਭੱਜੀ ਜਾ ਰਹੇ ਨੇ, ਜਵਾਕ ਪੜ੍ਹਾ ਰਹੇ ਨੇ, ਉਹ ਕਹਿੰਦੇ ਸਾਡਾ ਤਾਂ ਮਸਾਂ ਖੜਾ ਛੁੱਟਿਆ, ਜਦਕਿ ਉਹ ਜਗ੍ਹਾ ਸਾਡੇ ਲਈ ਉੱਥੇ ਨੈਚੁਰਲ ਰਿਸੋਰਸਿਸ ਦੀ ਖਾਣ ਹੈ, ਉਹ ਜਦੋਂ ਕਾਰਪੋਰੇਟ ਵੜ ਗਿਆ ਉਹ ਖਰਾਬ ਕਰ ਦੂਗਾ, ਅਤੇ ਉਹ ਸਾਡੀ ਨੈਚੁਰਲ ਇੱਕ ਉਹ ਲੋਕ ਕਰ ਰਹੇ ਨੇ, ਅਤੇ ਉਹ ਥੋੜ੍ਹੀ ਨੌਲੇਜ ਸਾਡੇ ਇੱਥੇ ਹੈਗੀ ਆ, ਮੈਂ ਸਿੱਖ ਕੇ ਆ ਗਿਆ ਸਾਰੇ ਪਾਸੋਂ, ਅਤੇ ਮੈਨੂੰ ਲੱਗਦਾ ਪੰਜਾਬ ਵਿੱਚ ਮਾਡਲ ਬਹੁਤ ਸਕਸੈਸਫੁਲ ਹੋਊਗਾ। ਜੀ, ਮੇਰੇ ਕੋਲ ਕਈ ਵਾਰੀ ਗੋਰੇ ਆਏ ਨੇ ਮੇਰੇ ਦੋਸਤ ਫੇਸਬੁੱਕ 'ਤੇ ਦੇਖ ਕੇ ਫੋਟੋਆਂ ਕਿ ਅਸੀਂ ਤੁਹਾਡੇ ਕੋਲ ਚੱਲੀਏ, ਸਾਨੂੰ ਇਹ ਪੰਛੀ ਦੀ ਫੋਟੋ ਖਿਚਾਓ। ਅੱਛਾ ਜੀ, ਕਹਿੰਦੇ ਵੀ ਉਹ ਬਾਈ ਹੋਣੀ ਨਾ ਗਲਾਂ 'ਚ ਟਰੈਕਰ ਪਾਉਂਦੇ ਨੇ, ਉਹਨਾਂ ਦੇ ਜਿਹੜੇ ਆਦਮਖੋਰ ਜਾਨਵਰ ਬਣ ਜਾਂਦੇ ਨੇ ਜਾਂ ਉਹਨਾਂ ਨੂੰ ਟਰੈਕ ਕਰ ਦਿੰਦੇ ਮੰਨ ਲਓ ਕਿ, ਅਤੇ ਅਸੀਂ ਜੰਗਲੀ ਜਾਨਵਰ ਨੂੰ ਜੰਗਲ ਦੇ ਵਿੱਚ ਫੜੀਦਾ। ਹਾਂਜੀ, ਉਹਦੀ ਨੈਚੁਰਲ ਹੈਬੀਟੈਟ ਦੇ ਵਿੱਚ ਉਹਨੂੰ ਫੜ ਕੇ ਉਹਦੇ ਕਾਲਰ ਪਾਉਂਦੇ ਹਾਂ ਅਸੀਂ ਗਲ 'ਚ, ਉਹਨੂੰ ਬੇਹੋਸ਼ ਕਰਕੇ। ਅਤੇ ਟਾਈਗਰ ਵੀ ਹੈਗਾ ਇੰਨੀ ਉਚਾਈ ਦੇ ਉੱਪਰ, ਸਨੋ ਲੈਪਰਡ ਦੇ ਨਾਲ ਟਾਈਗਰ ਬੈਠਾ ਹੈ, ਹਿਮਾਚਲ ਹਿਮਾਲਿਆ ਮਤਲਬ ਵਰਜਿਨ ਮਾਊਂਟੇਨ ਨੇ ਉਹ, ਉੱਥੇ ਇੰਨਾ ਕੁਛ ਹੈ। ਮੈਨੂੰ ਦੋ ਨਵੇਂ ਸੱਪ ਦੀਆਂ ਸਪੀਸ਼ੀ ਮਿਲੀਆਂ ਨੇ ਉੱਥੇ ਕੰਮ ਕਰਦੇ ਹੋਏ 10 ਸਾਲਾਂ ਦੇ ਵਿੱਚ, ਅਤੇ ਦੋ ਸਭ ਨਵੇਂ ਹੀ ਨੇ ਉਹ, ਹਾਲੇ ਤੱਕ ਕਿਤੇ ਆਈਡੈਂਟੀਫਾਈ ਨਹੀਂ ਉਹ। ਟਾਈਗਰ ਬਾਰੇ ਦੱਸਿਆ ਕਿ ਟਾਈਗਰ ਉੱਥੇ 3500 ਮੀਟਰ ਦੀ ਉਚਾਈ 'ਤੇ ਹੈ ਜਿੱਥੇ ਸਨੋ ਲੈਪਰਡ ਹੁੰਦਾ। ਸਾਡੇ ਇੱਥੇ ਇੱਦਾਂ ਨਹੀਂ ਮੰਨਿਆ ਜਾਂਦਾ, ਕਹਿੰਦੇ ਨੈਨੀਤਾਲ ਤੋਂ ਉੱਪਰ ਟਾਈਗਰ ਨਹੀਂ ਹੁੰਦਾ, 1000 ਮੀਟਰ ਤੋਂ ਉੱਪਰ ਟਾਈਗਰ ਨਹੀਂ ਜਾਂਦਾ, ਪਰ ਸਾਨੂੰ 3500 ਮੀਟਰ 'ਤੇ ਮਿਲਿਆ। ਵਿਲੱਖਣਤਾ ਜਿਹੜੀ ਉੱਥੇ ਨਾ, ਜਿਹੜੀ ਹਿਮਾਚਲ ਹਿਮਾਲਿਆ ਦੇ ਵਿੱਚ ਲੁਕੀ ਬੈਠੀ ਹੈ, ਮੈਂ ਉਹ ਐਕਸਪਲੋਰ ਕਰਦਾ ਰਿਹਾ ਪਿਛਲੇ 10-12 ਸਾਲ ਤੋਂ। ਅੱਛਾ ਜੀ, ਅਤੇ ਮੇਨ ਕੰਮ ਮੇਰਾ ਜ਼ਿਆਦਾ ਉਹ ਸੀਗਾ। ਉਹ ਨੁਕਸਾਨ ਤਾਂ ਪੰਜਾਬ 'ਚ ਹੀ ਹੋਊਗਾ? ਉਹ ਪੰਜਾਬ 'ਚ ਵੀ ਹੋਊਗਾ, ਬਿਲਕੁਲ ਪੰਜਾਬ ਵਿੱਚ ਹੋ ਰਿਹਾ। ਜੋ ਤੁਸੀਂ ਜਿਵੇਂ ਸ਼ੁਰੂ 'ਚ ਕਿਹਾ, ਸਾਡੇ ਕੋਲ ਮੁੱਖ ਸਰਮਾਇਆ ਸਿਰਫ ਪਾਣੀ ਹੈ, ਅਤੇ ਦੂਜਾ ਮੈਂ ਕਹਿੰਦਾ ਮਿੱਟੀ ਹੈ, ਮਿੱਟੀ ਜਿਹੜੀ ਇਹਨਾਂ ਪਾਣੀਆਂ ਵੱਲੋਂ ਹੀ ਲੈ ਕੇ ਵਿਛਾਈ ਜਾਂਦੀ ਹੈ। ਜੀ ਜੀ, ਹੁਣ ਜਿਹੜੀ ਸਾਡੇ ਕੋਲ ਟੌਪ ਲੇਅਰ ਹੈ ਉਹ ਇਹਨਾਂ ਹਾਈਵਿਆਂ ਉੱਪਰ ਸੁੱਟੀ ਜਾ ਰਹੀ ਹੈ। ਹਾਂਜੀ, ਜਿਹੜਾ ਇੱਕ ਵੱਡਾ ਨੁਕਸਾਨ ਜਿਹੜੀ ਮਿੱਟੀ ਉਪਜਾਊ ਕੀਤੀ ਹੋਈ ਹੈ। ਹਾਂ, ਉਪਜਾਊ ਅਸੀਂ ਕੀਤੀ ਇੰਨੇ ਸਾਲਾਂ ਦੀ ਮਿਹਨਤ ਨਾਲ, ਉਹ ਅਸੀਂ ਹੁਣ ਭਰਤੀ ਦੇ ਪੈਸੇ ਕਾਫੀ ਮਿਲਦੇ ਨੇ ਮਿੱਟੀ ਚੱਕਣ ਦੇ। ਹਾਂ, ਅਤੇ ਹੁਣ ਉਹ ਭਰਤੀ ਦੇ ਰੂਪ 'ਚ ਜਾ ਰਹੀ ਹੈ, ਕੁਛ ਕਲੋਨੀਆਂ ਖਾ ਰਹੀਆਂ ਖੇਤਾਂ ਨੂੰ।
V9 ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਪੰਜਾਬ ਦੀ ਧਰਤ ਲਈ ਬਹੁਤ ਜ਼ਰੂਰੀ ਅਤੇ ਬਹੁਤ ਖਾਸ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ, ਜਿਹਦੇ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦਾ। ਅਤੇ ਆਮ ਤੌਰ 'ਤੇ ਅਸੀਂ ਜਿਹੜਾ ਵਾ ਇਹਨਾਂ ਗੱਲਾਂ ਨੂੰ ਨਕਾਰ ਦਿੰਦੇ ਹਾਂ, ਹੋਰ ਹੀ ਦੌੜ ਦੇ ਵਿੱਚ ਅਸੀਂ ਪਏ ਹੋਏ ਹਾਂ, ਪਰ ਇਹ ਕੁਦਰਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਜਿਨ੍ਹਾਂ 'ਤੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਆ। ਅਤੇ ਸਾਡੇ ਕੋਲ ਬਹੁਤ ਘੱਟ ਲੋਕ ਨੇ ਜੋ ਬਹੁਤ ਸੰਜੀਦਗੀ ਨਾਲ ਇਸ ਪਾਸੇ ਕੰਮ ਕਰ ਰਹੇ ਨੇ। ਅਤੇ ਅੱਜ ਇਸ ਵਕਤ ਅਸੀਂ ਲੁਧਿਆਣੇ ਵਿੱਚ ਬੈਠੇ ਹਾਂ, PU ਦੇ ਵਿੱਚ, ਅਤੇ ਬਿਲਕੁਲ ਪੂਰਾ ਖੇਤਾਂ ਵਾਲਾ ਮਾਹੌਲ ਆ। ਅਤੇ ਮੇਰੇ ਨਾਲ ਇਸ ਵਕਤ ਸੁਨਾਲ ਰੁਮੇਨ ਭਾਜੀ ਹੁਣੀ, ਜੋ ਕਿ ਵਾਈਲਡ ਲਾਈਫ ਸਾਇੰਟਿਸਟ ਨੇ, ਵਾਤਾਵਰਨ ਨਾਲ ਬਹੁਤ ਨੇੜਿਓਂ ਜੁੜੇ ਹੋਏ ਨੇ। ਵਾਈਲਡ ਲਾਈਫ ਹੋਵੇ ਜਾਂ ਵਾਤਾਵਰਨ ਨੂੰ ਲੈ ਕੇ ਕੋਈ ਵੀ ਜੋ ਬਦਲਾਵ ਆ ਰਹੇ ਨੇ ਜਾਂ ਉਹਨਾਂ ਲਈ ਜਾਂ ਕੰਮ ਹੋ ਰਿਹਾ ਜਾਂ ਹੋਣਾ ਚਾਹੀਦਾ, ਉਹਨਾਂ ਸਭ ਲਈ ਇਹ ਬਹੁਤ ਨੇੜਿਓਂ ਹੋ ਕੇ ਜੁੜੇ ਹੋਏ ਨੇ। ਸੋ ਭਾਜੀ, ਪਹਿਲਾਂ ਤਾਂ ਧੰਨਵਾਦ ਅਤੇ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਜੀ, ਤੁਸੀਂ ਬੁਲਾਇਆ ਜੀ। ਅਤੇ ਬਾਕੀ ਤੁਸੀਂ ਜੀ ਅੱਜ ਸ਼ਾਨਾਂ 'ਚ ਬੈਠੇ ਇੱਥੇ ਅਸੀਂ PU ਦੇ ਵਿੱਚ, ਪੰਜਾਬ ਜਿਹੜੀ ਇੱਥੇ ਖੇਤੀਬਾੜੀ ਯੂਨੀਵਰਸਿਟੀ ਆ ਲੁਧਿਆਣੇ ਦੇ ਵਿੱਚ। ਅਤੇ ਇਹ ਮੇਰੇ ਸਾਥੀ, ਮੇਰਾ ਪੁਰਾਣਾ ਦੋਸਤ ਹਰਮਨ, ਉਹਦੀ ਮਦਦ ਨਾਲ ਭਾਜੀ ਹੁਣਾਂ ਨਾਲ ਮੁਲਾਕਾਤ ਜਿਹੜੀ ਹੋਈ ਆ। ਸੋ ਅਸੀਂ ਕੁਝ ਕੁ ਭਾਗਾਂ 'ਚ ਗੱਲਬਾਤ ਕਰਾਂਗੇ। ਅਸੀਂ ਕਾਫੀ ਸਮੇਂ ਤੋਂ ਹੁਣ ਭਾਜੀ ਨਾਲ ਅਸੀਂ ਇਸ ਵਕਤ ਇੱਥੇ ਘੁੰਮ ਰਹੇ ਹਾਂ, ਗੱਲਾਂ ਬਾਤਾਂ ਕਰ ਰਹੇ ਹਾਂ। ਅਤੇ ਯਕੀਨ ਮੰਨਿਓ, ਇਹ ਬਹੁਤ ਕੰਮ ਦੀਆਂ ਗੱਲਾਂ ਹੋਣਗੀਆਂ। ਅਤੇ ਉਹ ਜਿਹੜੀ ਜਾਣਕਾਰੀ ਆ, ਜੋ ਅਸੀਂ ਵਿਚਾਰ ਚਰਚਾ ਕਰਨੀ ਆ, ਇਹ ਅਸੀਂ ਚਾਹੁੰਦੇ ਹਾਂ ਕਿ ਘੱਟੋ ਘੱਟ ਪੰਜਾਬ ਦਾ ਜਿਹੜਾ ਹਰ ਵਿਅਕਤੀ ਜ਼ਰੂਰ ਸੁਣੇ। ਵੈਸੇ ਤਾਂ ਇਹ ਅਸੀਂ ਇਸ ਪੂਰੇ ਖਿੱਤੇ ਲਈ, ਭਾਰਤ ਲਈ ਜਾਂ ਦੁਨੀਆ ਭਰ ਦੇ ਲਈ ਇਸ ਗੱਲਬਾਤ 'ਚ ਕੁਛ ਨਾ ਕੁਛ ਹੋਊਗਾ, ਕਿਉਂਕਿ ਵਾਈਲਡ ਲਾਈਫ ਬਹੁਤ ਜ਼ਿਆਦਾ ਜ਼ਰੂਰੀ ਆ, ਬਹੁਤ ਅਹਿਮ ਰੋਲ ਪਲੇ ਕਰਦੀ ਆ। ਅਤੇ ਕਲਾਈਮੇਟ ਚੇਂਜ ਦੇ ਤਾਂ ਅਸੀਂ ਨਜ਼ਾਰੇ ਦੇਖ ਹੀ ਚੁੱਕੇ ਹਾਂ ਭਾਜੀ। ਕਲਾਈਮੇਟ ਚੇਂਜ ਤਾਂ ਹੁਣ ਇਸ ਨਾਲ ਪੂਰਾ ਹਾਵੀ ਹੈ ਜੀ। ਜੀ ਜੀ, ਅਤੇ ਇਸ ਇੰਟਰਵਿਊ 'ਚ ਅਸੀਂ ਗੱਲ ਕਰਾਂਗੇ ਵਾਈਲਡ ਲਾਈਫ ਦੀ। ਅਤੇ ਭਾਅ ਜੀ, ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਥੋੜ੍ਹਾ ਦੱਸ ਦਿਓ, ਕਿਉਂਕਿ ਮੈਂ ਤੁਹਾਡਾ ਇੰਸਟਾਗ੍ਰਾਮ ਵੀ ਦੇਖ ਰਿਹਾ ਸੀਗਾ, ਮੈਨੂੰ ਹਰਮਨ ਨੇ ਦੱਸਿਆ ਵੀ ਬੜੇ ਖਤਰਨਾਕ ਜਾਨਵਰਾਂ ਨਾਲ ਤੁਸੀਂ ਡੀਲ ਕਰਦੇ ਹੋ, ਤੇਂਦੂਏ, ਬਾਘ, ਜੋ ਵੀ ਇੱਥੋਂ ਜਿੱਥੇ ਭੱਜਦਾ ਪੈ ਜਾਂਦੀਆਂ ਨੇ। ਸੋ ਪਹਿਲਾਂ ਤੁਸੀਂ ਆਪਣੇ ਸਫ਼ਰ ਬਾਰੇ ਥੋੜ੍ਹਾ ਦੱਸ ਦਿਓ ਜੀ। ਮੇਰਾ ਨਾਮ ਜੀ ਸੁਨਾਲ ਰੋਮਿਨ ਹੈ, ਅਤੇ ਮੈਂ ਵਾਈਲਡ ਲਾਈਫ ਬਾਇਓਲੋਜਿਸਟ ਹੈ ਪੇਸ਼ੇ ਵਜੋਂ ਜੀ। ਅਤੇ ਮੇਰਾ ਜਿਹੜਾ ਏਰੀਆ ਆਫ ਐਕਸਪਰਟਾਈਜ਼ ਹੈਗਾ, ਜਿਹਦੇ 'ਚ ਮੇਰੀ ਮਹਾਰਤ ਹਾਸਿਲ ਹੈ, ਉਹ ਹੈਗੀ ਆ ਵੱਡੀਆਂ ਬਿੱਲੀਆਂ, ਲਾਰਜ ਕੈਟਸ, ਜਿਵੇਂ ਟਾਈਗਰ, ਲੈਪਰਡ, ਲਾਇਨ ਹੋ ਗਿਆ, ਅਤੇ ਸਨੋ ਲੈਪਰਡ ਵਗੈਰਾ ਹੋ ਗਏ, ਇਹ ਵੱਡੀ ਬਿੱਲੀ ਦੀ ਕੈਟਾਗਰੀ 'ਚ ਆਉਂਦਾ। ਅਤੇ ਇਹਦੇ ਵਿੱਚੋਂ ਟਾਈਗਰ ਅਤੇ ਲੈਪਰਡ ਨੂੰ ਮੈਂ ਰੇਡੀਓ ਕਾਲਰਿੰਗ ਜਿਹੜੀ ਹੁੰਦੀ ਆ, ਇੱਕ ਉਹਦੇ ਗੱਲ 'ਚ ਇੱਕ ਟਰਾਂਸਮਿਟਰ ਪਾਉਂਦੇ ਹਾਂ ਪੱਟੇ ਦੇ ਰੂਪ 'ਚ, ਅਤੇ ਉਹ ਪਾਉਣ ਦੇ ਵਿੱਚ ਮਹਾਰਤ ਹਾਸਿਲ ਹੈ ਜੀ ਮੇਰੀ। ਅਤੇ ਮੈਂ ਹਿੰਦੁਸਤਾਨ ਦੇ ਕੁਝ ਗਿਣੇ ਚੁਣੇ ਰਿਸਰਚਰਸ ਦੇ ਵਿੱਚੋਂ ਸ਼ਾਮਿਲ ਹਾਂ ਜਿਨ੍ਹਾਂ ਨੂੰ ਇਸ ਕੰਮ ਦੀ ਐਕਸਪੀਰੀਅੰਸ ਅਤੇ ਅਥੋਰਿਟੀ ਜਿਹੜੀ ਆ ਭਾਰਤ ਸਰਕਾਰ ਵੱਲੋਂ ਅਤੇ ਇੰਟਰਨੈਸ਼ਨਲ ਏਜੰਸੀਆਂ ਵੱਲੋਂ ਦਿੱਤੀ ਹੋਈ ਹੈ। ਅਤੇ ਉਸ ਤੋਂ ਇਲਾਵਾ ਜਿਹੜਾ ਮੇਰਾ ਹੋਰ ਕੰਮ ਹੈਗਾ ਜੀ, ਉਹ ਵਾਈਲਡ ਲਾਈਫ ਕੰਜ਼ਰਵੇਸ਼ਨ ਹੈ। ਮੈਂ ਦੁਨੀਆ ਦੇ ਕਈ ਇੰਟਰਨੈਸ਼ਨਲ ਅਤੇ ਸਾਡੇ ਨੈਸ਼ਨਲ ਸਟੂਡੈਂਟਸ ਨੂੰ, ਜਿਹੜੇ ਹੁਣ ਸਾਇੰਟਿਸਟ ਬਣੇ ਹੋਏ ਨੇ ਜਾਂ ਅੱਗੇ ਬਣਨਗੇ, ਉਹਨਾਂ ਨੂੰ, ਅਤੇ ਉਸ ਤੋਂ ਇਲਾਵਾ ਫੋਰੈਸਟ ਡਿਪਾਰਟਮੈਂਟ ਜਿਹੜਾ ਫਰੰਟਲਾਈਨ ਸਟਾਫ ਹੁੰਦਾ ਜਿਵੇਂ ਰੇਂਜ ਅਫਸਰ ਤੋਂ ਲੈ ਕੇ ਬੀਟ ਗਾਰਡ ਵਗੈਰਾ ਹੁੰਦੇ ਨੇ, ਜਿਹੜੇ ਜੰਗਲ ਦੇ ਵਿੱਚ ਫੀਲਡ 'ਤੇ ਕੰਮ ਕਰਦੇ ਨੇ ਜੀ, ਉਸ ਤੋਂ ਇਲਾਵਾ ਜਿਹੜੇ ਪੋਲਿਸੀ ਮੇਕਰ ਅਫਸਰ ਹੁੰਦੇ ਆ, IFS ਆਫਿਸਰਸ, ਅਤੇ ਚਾਹੇ ਉਹ ਅਫਸਰ ਬਣ ਰਹੇ ਹੋਣ ਚਾਹੇ ਬਹੁਤ ਸੀਨੀਅਰ ਅਫਸਰ ਨੇ, ਉਹਨਾਂ ਨੂੰ ਇਹਨਾਂ ਵਾਈਲਡ ਲਾਈਫ ਦੇ ਟੂਲਸ ਵਗੈਰਾ ਦੀ ਵੀ, ਕਿਵੇਂ ਜਿਹੜੇ ਯੰਤਰ ਤੰਤਰ ਇਸਤੇਮਾਲ ਹੁੰਦੇ ਆ ਵਾਈਲਡ ਲਾਈਫ ਦੀ ਕੰਜ਼ਰਵੇਸ਼ਨ ਲਈ, ਉਹਦੀ ਟ੍ਰੇਨਿੰਗ ਪ੍ਰੋਵਾਈਡ ਕਰ ਰਹੇ ਹਾਂ ਪਿਛਲੇ ਤਕਰੀਬਨ 12 ਸਾਲ ਤੋਂ ਜੀ। ਅਤੇ ਇਸ ਤੋਂ ਇਲਾਵਾ ਮੈਂ ਹੁਣ ਪੰਜਾਬ ਵਾਪਸ ਆਇਆ ਤਕਰੀਬਨ 14 ਸਾਲ ਬਾਅਦ ਜੀ। ਅਤੇ ਹੁਣ ਮੇਰਾ ਪੰਜਾਬ, ਮੈਂ ਕਿਉਂਕਿ ਪੂਰੇ ਹਿੰਦੁਸਤਾਨ 'ਚ ਘੁੰਮਿਆ ਆਪਣੇ ਕੰਮ ਦੇ ਦੌਰਾਨ, ਅਤੇ ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਛੱਤੀਸਗੜ੍ਹ ਹੋ ਗਿਆ, ਅਤੇ ਤਮਿਲਨਾਡੂ ਜਾਂ ਹੋਰ ਸਾਊਥ ਦੇ ਜੰਗਲਾਂ ਦੇ ਵਿੱਚ ਮੇਰਾ ਸਾਰਾ ਕੰਮ ਰਿਹਾ ਜੀ। ਹੁਣ ਮੈਂ ਚਾਹੁੰਦਾ ਕਿ ਮੈਂ ਪੰਜਾਬ ਦੇ ਵਿੱਚ ਆ ਕੇ ਕੁਛ ਕਰਾਂ ਜੀ, ਅਤੇ ਜਾਂ ਕਹਿ ਲਓ ਪੰਜਾਬ ਦੀ ਧਰਤੀ ਨੇ ਮੁੜ ਸੱਦਾ ਦਿੱਤਾ ਜੀ, ਅਤੇ ਮੈਂ ਆਪਣੇ ਘਰ ਵਾਪਸ ਆਇਆ। ਬਿਲਕੁਲ ਜੀ, ਇੱਥੇ ਮੈਂ ਇੱਕ ਛੋਟਾ ਜਿਹਾ ਕਿੱਸਾ ਸੁਣਾ ਦਵਾਂ, ਅਸੀਂ ਇੱਥੇ ਜ਼ਿਆਦਾ ਗੱਲ ਨਹੀਂ ਕਰਾਂਗੇ, ਪਰ ਮੈਂ ਇੱਕ
ਸ਼ੁਰੂਆਤ 'ਚ ਉਹ ਦੱਸਣਾ ਚਾਹੁੰਦਾ, ਭਾਅ ਜੀ ਹੁਣਾਂ ਦਾ ਲਗਾਵ ਦੱਸਣਾ ਚਾਹੁੰਦਾ ਕਿ ਪੰਜਾਬ ਤਾਂ ਆਏ ਸੀ ਘਰਦਿਆਂ ਨੂੰ ਮਿਲਣ ਕਿ ਇਹਨਾਂ ਨੇ ਕਨੇਡਾ ਜਾਣਾ ਸੀਗਾ, ਪਰ ਉਹ ਸਾਰਾ ਕੁਝ ਛੱਡ ਛੁਡਾ ਕੇ ਇਸ ਵਕਤ ਇੱਥੇ ਪੰਜਾਬ ਦੇ ਹੋ ਗਏ ਨੇ, ਕਿਉਂਕਿ ਇਹਨੂੰ ਲੱਗਾ ਕਿ ਪੰਜਾਬ ਨੂੰ ਉਹਨਾਂ ਦੀ ਵੱਧ ਲੋੜ ਆ। ਅਤੇ ਗੱਲ ਅਸੀਂ ਇਹਨਾਂ ਦੇ ਮਾਡਲ ਦੀ ਕਰਨੀ ਆ, ਵਾਈਲਡ ਲਾਈਫ ਨੂੰ ਲੈ ਕੇ ਅਸੀਂ ਬਹੁਤੇ ਸੀਰੀਅਸ ਨਹੀਂ ਹੈਗੇ, ਜਿਹੜੀ ਸਾਫ਼ ਗੱਲ ਆ ਪੰਜਾਬੀਆਂ ਦੀ, ਕਿਉਂ ਭਾਅ ਜੀ ਸਹੀ ਹੈ? ਬਿਲਕੁਲ ਬਿਲਕੁਲ, ਪੰਜਾਬੀ ਨੂੰ ਐਕਚੁਅਲੀ ਪਤਾ ਹੀ ਹੈ ਨਹੀਂ ਗਾ ਵਾਈਲਡ ਲਾਈਫ ਬਾਰੇ, ਪਤਾ ਹੀ ਨਹੀਂ ਹੈਗਾ, ਅਣਜਾਣ ਨੇ। ਅਤੇ ਜੇ ਕਿਤੇ ਦੇਖਦੀ ਵੀ ਹੈ ਜਾਂ ਤਾਂ ਅਚੰਬਿਤ ਹੋ ਜਾਂਦੇ ਨੇ ਜੀ, ਅਤੇ ਜਾਂ ਡਰ ਜਾਂਦੇ ਨੇ, ਅਤੇ ਉਹ ਡਰ ਦੇ ਵਿੱਚ ਕਈ ਵਾਰੀ ਵਾਈਲਡ ਲਾਈਫ ਨੂੰ ਨੁਕਸਾਨ ਕਰ ਦਿੰਦੇ ਨੇ ਮੋਸਟਲੀ, ਅਤੇ ਡਰ ਦਾ ਮਾਹੌਲ ਕ੍ਰੀਏਟ। ਨਹੀਂ, ਇਹ ਇੱਕ ਆਪਣੀ ਮਾਨਸਿਕਤਾ, ਜਦੋਂ ਵੀ ਆਪਾਂ ਨੂੰ ਲੱਗਦਾ ਚਾਹੇ ਸੱਪ ਤੋਂ ਲੈ ਕੇ ਜਾਂ ਕੋਈ ਵੱਡੇ ਜਾਨਵਰ ਤੱਕ, ਅਸੀਂ ਸਾਨੂੰ ਲੱਗੇ ਵੀ ਇਹ ਸਾਨੂੰ ਕੋਈ ਹਰਟ ਕਰ ਸਕਦਾ ਤਾਂ ਅਸੀਂ ਉਹਨੂੰ ਮਾਰ ਨਹੀਂ ਭੱਜਦੇ। ਬਿਲਕੁਲ, ਹਾਂਜੀ, ਇਹ ਜਿਵੇਂ ਇਹਨੂੰ ਆਪਾਂ ਜੇ ਨਟਸ਼ੈਲ 'ਚ ਗੱਲ ਕਰੀਏ ਨਾ, ਵੀ ਇੱਕ ਸਾਰ 'ਚ ਗੱਲ ਦੱਸੀਏ ਤਾਂ ਪੰਜਾਬੀ ਜਿਹੜੇ ਨੇ ਉਹ ਹਾਲੇ ਅਗਿਆਨ ਨੇ ਇਸ ਪਾਸੇ ਨੂੰ। ਸਾਡੇ ਜਿਹੜੇ ਬਜ਼ੁਰਗਾਂ ਤੋਂ ਨੌਲੇਜ ਜਿਹੜੀ ਸੀਗੀ ਨਾ ਸਾਡੀ ਜੰਗਲਾਂ ਦੀ, ਜਾਂ ਅਸੀਂ ਕਿ ਸਾਡੇ ਕੋਲ ਦੁਨੀਆ ਦੀ ਇੱਕ ਐਸੀ ਬਿਹਤਰੀਨ ਕਿਤਾਬ ਹੈ ਜਿਹਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਬਹੁਤ ਪੋਜ਼ੀਟਿਵਲੀ ਲਿਖਿਆ, ਜਿੱਥੇ ਤੁਹਾਨੂੰ ਇਹਨਾਂ ਨੂੰ ਮੱਥੇ ਟੇਕਣ ਦੀ ਬਜਾਏ ਇਹਨਾਂ ਨਾਲ ਕਿਵੇਂ ਰਹਿਣਾ ਵਿਚਰਨਾ ਉਹਦੇ ਬਾਰੇ ਮੈਨਸ਼ਨ ਆ, ਉਹ ਹੈ ਸ਼੍ਰੀ ਗ੍ਰੰਥ ਸਾਹਿਬ। ਅਤੇ ਅਸੀਂ ਪੰਜਾਬੀ ਉਹ ਸਿੱਖਿਆਵਾਂ ਭੁੱਲ ਕੇ ਅਸੀਂ ਇੱਕ ਹੋਰ ਹੀ ਪਾਸੇ ਨੂੰ, ਕੂੜ ਪ੍ਰਚਾਰ ਨੂੰ ਜਾਂ ਦੂਜੇ ਪਾਸੇ ਤੁਰ ਗਏ ਹਾਂ, ਉਹਦਾ ਨੁਕਸਾਨ ਸਾਨੂੰ ਓਵਰਆਲ ਹੋਇਆ। ਹਾਂਜੀ, ਸਾਡੇ ਸੋਸ਼ਲ ਫੈਬਰਿਕ 'ਚ ਜਿਹੜਾ ਨੁਕਸਾਨ ਦੇਖਦੇ ਹਾਂ ਪਿੰਡਾਂ ਦੇ ਵਿੱਚ, ਚਾਹੇ ਉਹ ਗੁਰਦੁਆਰੇ ਹੋਣ ਅਲੱਗ ਅਲੱਗ ਬਣੇ ਹੋਏ, ਹਾਂਜੀ, ਉਹ ਤੋਂ ਸ਼ੁਰੂ ਕਰੀਏ, ਅਤੇ ਜੰਗਲੀ ਜੀਵਾਂ ਤੋਂ ਸਾਡਾ ਬੇਮੁੱਖ ਹੋਣਾ, ਅਲੱਗ ਹੋਣਾ, ਕੁਦਰਤ ਨਾਲ ਟੁੱਟ ਜਾਣਾ ਸਾਡਾ ਜੀ, ਉਹ ਸਾਰਾ ਇਹਦਾ ਨਤੀਜਾ ਆ। ਜਦਕਿ ਅਸੀਂ ਐਸੇ ਧਰਾਤਲ 'ਚ ਬੈਠੇ ਹਾਂ ਜਿੱਥੇ ਕੁਦਰਤ ਨਾਲ ਹੇਲਮੇਲ ਕਰਕੇ ਹੀ ਜੀਵਨ ਅੱਜ ਤੱਕ ਬਿਤਾਇਆ ਗਿਆ ਲੋਕਾਂ ਦਾ, ਅਤੇ ਅਸੀਂ ਇਸੇ ਧਰਤੀ 'ਚੋਂ ਮੀਂਹ ਤੋਂ ਨਦੀਆਂ ਤੋਂ ਅਸੀਂ ਆਪਦੇ ਖਾਣ ਪੀਣ ਲਈ ਅਤੇ ਆਪਦੇ ਪਰਿਵਾਰਾਂ ਲਈ ਅਤੇ ਹੋਰ ਦੁਨੀਆਂ ਦੇ ਲਈ ਅਨਾਜ ਪ੍ਰੋਡਿਊਸ ਕਰਦੇ ਹਾਂ ਜੀ, ਅਤੇ ਅਸੀਂ ਬਸ ਉਹ ਚੀਜ਼ ਨੂੰ ਅਸੀਂ ਨੌਲੇਜ ਜਿਹੜੀ ਸਾਡੀ ਸੀਗੀ ਬੇਸਿਕ ਉਹ ਭੁੱਲ ਗਏ ਹਾਂ ਜੀ। ਸਾਡੇ ਬੰਦ੾ੇ ਡਿਸਕਵਰੀ ਦਾ ਬਹੁਤ ਦੇਖਦੇ ਆ, ਹਾਂਜੀ, ਉਹ ਮਤਲਬ ਅਫਰੀਕਾ ਦੇ ਜੰਗਲ ਦੇਖਣ ਜਾਣਗੇ, ਯੈਸ, ਪਰ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ 'ਚ ਕੁਛ ਹੈ ਨਹੀਂ। ਸੋ ਮੈਨੂੰ ਕਹਿੰਦਾ ਆਪਾਂ ਤੁਹਾਡੇ ਮਾਡਲ 'ਤੇ ਆਉਣ ਤੋਂ ਪਹਿਲਾਂ ਤੁਸੀਂ ਥੋੜ੍ਹੇ ਪੰਜਾਬ ਬਾਰੇ ਦੱਸ ਦਿਓ ਕਿ ਪੰਜਾਬ 'ਚ ਸਾਡੇ ਕੋਲ ਕਿਹੜੀ ਕਿਹੜੀ ਵਾਈਲਡ ਲਾਈਫ ਹੈ? ਦੇਖੋ, ਪੰਜਾਬ ਦੇ ਵਿੱਚ ਨਾ ਪਹਿਲੀ ਗੱਲ, ਪੰਜਾਬ ਇੱਕ ਫੁੱਟ ਹਿੱਲ ਪੰਜਾਬ ਦੇ ਵਿੱਚ ਨਿਕਲਦੇ ਨੇ, ਹਿਮਾਲੀਅਨ ਫੁੱਟ ਹਿੱਲ ਕਹਿੰਦੇ ਆ, ਜਿਹੜੀਆਂ ਹਿਮਾਲਿਆ ਪਰਬਤ ਜਿਹੜੇ ਦੁਨੀਆ ਦੇ ਸਭ ਤੋਂ ਉੱਚੀ ਪਰਬਤ ਸ਼ੰਖਲਾ ਆ। ਹਾਂਜੀ, ਇਸ ਟਾਈਮ ਦੁਨੀਆ ਦਾ ਇੱਕ ਅਜਿਹਾ ਲੰਬਾਈ 'ਚ ਫੈਲਿਆ ਹੋਇਆ ਜੰਗਲ ਆ ਜਿਹੜਾ ਬਹੁਤ ਜ਼ਿਆਦਾ ਲੰਬਾ, ਕਰੀਬਨ 3500-4000 ਕਿਲੋਮੀਟਰ ਦੀ ਲੰਬਾਈ ਹੈ। ਦੁਨੀਆ 'ਚ ਐਡਾ ਲੰਮਾ ਜੰਗਲ ਕੋਈ ਨਹੀਂ ਹੈਗਾ ਜਿਹੜਾ, ਜੇ ਆਪਾਂ ਪਾਕਿਸਤਾਨ ਦੇ ਕੋਰਾਕਰਮ ਤੋਂ ਸ਼ੁਰੂ ਕਰੀਏ ਅਤੇ ਅਸੀਂ ਨੇਪਾਲ ਵਗੈਰਾ ਹੁੰਦੇ ਹੋਏ ਸਿੱਕਿਮ ਅਰੁਣਾਚਲ ਪ੍ਰਦੇਸ਼ ਕ੍ਰੋਸ ਕਰਕੇ ਅਸੀਂ ਚੀਨ 'ਚ ਵੜ ਜਾਂਦੇ ਹਾਂ, ਅਤੇ ਮਯਾਂਮਾਰ 'ਤੇ ਜਾ ਕੇ ਜਿੱਥੇ ਕਹਿ ਲਓ ਬਰਮਾ ਜਿਹਨੂੰ ਕਹਿੰਦੇ ਹਾਂ ਉੱਥੇ ਜਾ ਕੇ ਛੁੱਟਦਾ ਇਹ ਜੰਗਲ, ਅਤੇ ਟੋਟਲ ਗਿਣਤੀ ਤਾਂ 6-7 ਹਜ਼ਾਰ ਕਿਲੋਮੀਟਰ ਹੋ ਜਾਂਦਾ, ਔਰ ਇੰਨਾ ਲੰਬਾ ਜੰਗਲ ਕੋਈ ਵੀ ਹੈ ਨਹੀਂਗਾ ਪੂਰੀ ਦੁਨੀਆ 'ਚ, ਕਿਤੇ ਵੀ ਚਲੇ ਜਾਓ ਇੰਨੀ ਕੰਟੀਨਿਊਟੀ ਕਿਤੇ ਨਹੀਂ, ਬੰਦਾ ਲੁੱਕ ਲੁੱਕ ਕੇ ਜਾ ਸਕਦਾ। ਉਹਦੇ ਵਿੱਚੋਂ ਜਦੋਂ ਇਹ ਜੰਗਲ, ਜਦੋਂ ਇਹ ਹਿਮਾਲਿਆ ਪਰਬਤ ਜਦੋਂ ਬਿਲਕੁਲ ਛੋਟੀਆਂ ਸ਼ੰਖਲਾਂ 'ਚ ਤਕਸੀਮ ਹੁੰਦੇ ਨੇ, ਥੱਲੇ ਤੱਕ ਆਉਂਦੇ ਨੇ, ਅਤੇ ਉੱਥੇ ਇੱਕ ਪ੍ਰਾਂਤ ਵਸਦਾ ਜਿਹੜਾ ਪੰਜਾਬ ਹੈ। ਅਤੇ ਪੰਜਾਬ ਜਦੋਂ ਪਹਿਲੇ ਪੁਰਾਣੇ ਪੰਜਾਬ ਦੀ ਗੱਲ ਕਰੀਏ ਤਾਂ ਉਹ ਤਾਂ ਅਸੀਂ ਜੰਮੂ ਲੱਦਾਖ ਲਦੂਖ ਸਾਰਾ ਵਿੱਚ ਸੀਗਾ, ਹਿਮਾਲਿਆ ਪਰਬਤ ਦਾ ਪਾਠ ਸੀ ਸਾਡੇ ਕੋਲ। ਅਤੇ ਹੁਣ ਛੋਟੇ ਹੋਣ ਤੋਂ ਬਾਅਦ ਵੀ ਚਾਹੇ ਸਾਡਾ ਪੰਜਾਬ ਚਾਹੇ ਪਾਕਿਸਤਾਨ ਦਾ ਪੰਜਾਬ ਜਿਹੜਾ ਉੱਧਰ ਲਹਿੰਦਾ ਪੰਜਾਬ ਆਪਾਂ ਜਿਹਨੂੰ ਕਹਿੰਦੇ ਹਾਂ, ਉਹਨਾਂ ਦੋਨਾਂ ਦੇ ਵਿੱਚ ਫੁੱਟ ਹਿੱਲਸ ਦੇ ਨੇੜੇ ਹੋਣ ਕਰਕੇ, ਹਿਮਾਲਿਆ ਦੇ ਤਰਾਈ 'ਤੇ ਹੋਣ ਕਰਕੇ ਬਹੁਤ ਸਾਰੇ ਜੰਗਲੀ ਜੀਵ ਹੈਗੇ ਨੇ। ਦੂਸਰੇ ਨੰਬਰ 'ਤੇ ਇਹ ਗੰਗੈਟਿਕ ਰਿਵਰ ਪਲੇਨ ਨੇ, ਹਾਂਜੀ, ਜਾਂ ਇੰਡਸ ਨਦੀ ਦੇ ਸਿੰਧੂ ਘਾਟੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦਾ ਫਲੱਡ ਪਲੇਨ ਹੈ ਇਹ। ਅਤੇ ਜਦੋਂ ਹਿਮਾਲਿਆ ਪਰਬਤ ਤੋਂ ਉਦਗਮ ਹੁੰਦੀਆਂ ਨਦੀਆਂ ਜਦੋਂ ਪੰਜਾਬ 'ਚ ਆ ਕੇ ਵਿਛਦੀਆਂ ਹੁੰਦੀਆਂ ਸੀਗੀਆਂ, ਅਤੇ ਉਦੋਂ ਇਹ ਆਪਣੇ ਨਾਲ ਬਹੁਤ ਸਾਰਾ ਕੁਝ ਜਲ ਪ੍ਰਵਾਹ ਕਰਕੇ ਲਿਆਉਂਦੀਆਂ ਸੀ, ਜਿਹਦੇ ਵਿੱਚ ਜੰਗਲੀ ਜਾਨਵਰ ਵੀ ਹੁੰਦੇ ਸੀਗੇ, ਉਹਦੇ ਵਿੱਚ ਸ਼ੇਰ ਹੋ ਗਏ, ਤੇਂਦੂਏ ਜਿਹਨੂੰ ਆਪਾਂ ਕਹਿੰਦੇ ਹਾਂ। ਇੱਥੇ ਇੱਕ ਰਿਕਾਰਡ ਮਿਲਦਾ, ਇੱਥੇ ਚੀਤਿਆਂ ਦਾ ਰਿਕਾਰਡ ਰਿਹਾ ਪੁਰਾਣਾ, ਜਿਹੜੇ ਹੁਣ ਤਾਂ ਵਿਲੁਪਤ ਹੋ ਗਏ, ਪਹਿਲਾਂ ਚੀਤਿਆਂ ਦਾ ਆਬਾਦੀ ਆਜ਼ਾਦੀ ਤੋਂ ਪਹਿਲਾਂ ਦਾ ਰਿਕਾਰਡ ਆ ਕਿ ਇੱਥੇ ਚੀਤੇ ਹੁੰਦੇ ਸੀ ਇਹਨਾਂ ਇਲਾਕਿਆਂ ਦੇ ਵਿੱਚ, ਅਤੇ ਲਾਇਨ ਦਾ ਪੋਪੂਲੇਸ਼ਨ ਦਾ ਵੀ ਜ਼ਿਕਰ ਹੈਗਾ।
ਟਾਈਗਰ ਦੀ ਮੂਵਮੈਂਟ ਦਾ ਜ਼ਿਕਰ ਵੀ ਹੈਗਾ ਇਤਿਹਾਸ ਤਾਂ ਇਹੀ ਕਹਿੰਦਾ। ਦੂਸਰੇ ਲੈਪਰਡ ਦੀ ਪਾਪੂਲੇਸ਼ਨ ਤਾਂ ਹੁਣ ਵੀ ਪੰਜਾਬ 'ਚ ਬਥੇਰੀ ਹੈਗੀ, ਤੁਰੇ ਤੁਰੇ ਫਿਰਦੇ ਨੇ ਨਕੋਦਰ ਕੋਲ, ਜਲੰਧਰ ਅਤੇ ਲਾਂਬੜਾ ਵਿੱਚ 3 ਸਾਲ ਪਹਿਲਾਂ ਚੀਤੇ ਦੀ, ਲੈਪਰਡ ਜਿਹਨੂੰ ਪੰਜਾਬ ਚੀਤੇ ਕਹਿੰਦੇ ਨੇ ਅੱਜ ਕੱਲ੍ਹ, ਲੈਪਰਡ, ਤੇਂਦੂਆ, ਤੇਂਦੂਆ ਉਹਦੀ ਆਮਦ ਹੋ ਗਈ ਲੁਧਿਆਣੇ ਸ਼ਹਿਰ ਦੇ ਵਿੱਚ, ਬਿਲਕੁਲ ਇੱਕ ਪੌਸ਼ ਏਰੀਏ ਦੇ ਵਿੱਚ ਪਿਛਲੇ ਸਾਲ ਸਰਦੀਆਂ ਦੇ ਵਿੱਚ ਲੈਪਰਡ ਦੀ ਮੂਵਮੈਂਟ ਹੋਈ। ਉਸ ਤੋਂ ਹੁਸ਼ਿਆਰਪੁਰ ਬੈਲਟ 'ਚ ਵੀ ਹੈ, ਹੁਸ਼ਿਆਰਪੁਰ 'ਚ ਤਾਂ ਚਲੋ ਜੰਗਲ ਨੇ ਅਤੇ ਉੱਥੇ ਤਾਂ ਹੈਗੀ ਹੋਈ ਆ, ਉੱਥੇ ਤਾਂ ਰੈਜੀਡੈਂਟ ਨੇ ਚੀਤੇ, ਲੈਪਰਡ, ਸੋਰੀ ਮਾਫ਼ ਕਰਨਾ, ਚੀਤੇ ਇੱਕ ਅਲੱਗ ਜਾਨਵਰ ਆ। ਉਸ ਤੋਂ ਬਾਅਦ ਸਾਡੇ ਕੋਲ ਮੱਤੇਵਾੜਾ ਫੋਰੈਸਟ ਆ ਲੁਧਿਆਣੇ ਦੇ ਬਿਲਕੁਲ ਨਾਲ, ਜਿਹਨੂੰ ਵੱਢਣ ਦੀ ਕਵਾਇਦ ਚੱਲਦੀ ਪਈ ਸੀਗੀ ਅਤੇ ਲੋਕਾਂ ਨੇ ਪ੍ਰੋਟੈਸਟ ਕੀਤਾ, PAC ਬਣੀ, ਉੱਥੇ ਲੈਪਰਡ ਹੈਗਾ। ਲੈਪਰਡ ਤੁਹਾਡਾ ਅੰਬਰੇਲਾ ਸਪੀਸੀ ਹੈ ਟੌਪ 'ਤੇ, ਹਾਂਜੀ, ਇਹਦੇ ਨੀਚੇ ਹੋਰ ਜਾਨਵਰ ਆਉਂਦੇ ਨੇ। ਜੇ ਤੁਸੀਂ ਲੈਪਰਡ ਹੈਗਾ ਤੁਹਾਡੇ ਕੋਲ, ਲੈਪਰਡ ਕੀ ਸਟੋਨ ਸਪੀਸੀ ਆ, ਮਤਲਬ ਇੱਕ ਚਾਬੀ ਵਾਲੀ ਆਪਾਂ ਕਹਿ ਦਈਏ ਕੀ ਸਟੋਨ ਹੁੰਦਾ, ਜਿਹੜਾ ਮੀਲ ਦਾ ਪੱਥਰ ਕੋਈ ਸਪੀਸੀ, ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੇਂਦੂਆ ਕਿਤੇ ਬਾਹਰੋਂ ਆ ਗਿਆ, ਹਾਂ ਇੱਥੇ ਸਾਡਾ ਹੀ ਸਨੀਕ ਆ, ਜਿੱਥੇ ਤੇਂਦੂਆ ਹੋਊਗਾ ਹਾਂਜੀ ਉੱਥੇ ਹੋਰ ਬਹੁਤ ਸਾਰੀਆਂ ਪ੍ਰਜਾਤੀਆਂ ਨੇ ਜਿਹਨੂੰ ਤੇਂਦੂਆ ਖਾਂਦਾ ਆ, ਹਾਂਜੀ, ਜਿਹਨੂੰ ਇਹ ਵੱਡੀ ਬਿੱਲੀ ਖਾਂਦੀ ਆ, ਉੱਥੇ ਉਹ ਵੀ ਹੁੰਦੀਆਂ ਨੇ। ਅਤੇ ਉਸ ਤੋਂ ਇਲਾਵਾ ਸਾਡੇ ਕੋਲ ਹਿਰਨ ਨੇ, ਸਾਡੇ ਕੋਲ ਬਲੈਕ ਬੱਗ ਹੈਗਾ ਜਿਹਦੇ ਸਲਮਾਨ ਖਾਨ ਦਾ ਜੂਨ ਮਰਨ ਹੋਇਆ ਪਿਆ ਜਿਹਦੇ ਕਰਕੇ, ਉਹ ਸਾਡੇ ਕੋਲ ਹੈ। ਉਸ ਤੋਂ ਬਾਅਦ ਸਾਡੇ ਕੋਲ ਸੱਪਾਂ ਦੀਆਂ ਬਹੁਤ ਪ੍ਰਜਾਤੀਆਂ ਨੇ, ਅਤੇ ਸੱਪਾਂ ਦੀਆਂ ਪ੍ਰਜਾਤੀਆਂ ਵੀ ਐਸੀਆਂ ਨੇ ਜਿਹੜੇ ਮਿੱਤਰ ਕੀੜੀਆਂ 'ਚ ਆਉਂਦੇ ਨੇ ਸੱਪ ਸਾਡੇ, ਹਰ ਸਾਲ 800 ਚੂਹਾ ਖਾਂਦਾ। ਉਸ ਤੋਂ ਇਲਾਵਾ ਸਾਡੇ ਕੋਲ ਇੱਲਾਂ, ਬਾਜ, ਗਿਰਜਾਂ, ਇਹ ਸਾਡੇ ਕੋਲ, ਗਿਰਜਾਂ ਤਾਂ ਹੁਣ ਸਾਡੇ ਖਤਮ ਹੋ ਗਈਆਂ ਬਹੁਤ, ਪਰ ਪਠਾਨਕੋਟ ਵਾਲੇ ਪਾਸੇ ਜਾਂ ਉਸ ਬੈਲਟ 'ਚ ਹਾਲੇ ਵੀ ਇਹ ਵਾਪਸ ਮੁੜ ਆਈਆਂ ਨੇ। ਅਤੇ ਉਸ ਤੋਂ ਇਲਾਵਾ ਸਾਡੇ ਕੋਲ ਪੰਛੀਆਂ ਦੇ ਵਿੱਚ ਬਰਡਸ ਆਫ ਪ੍ਰੇ ਕਹਿੰਦੇ ਆ ਉਹਨਾਂ ਨੂੰ, ਜਿਹੜੇ ਸ਼ਿਕਾਰੀ ਪੰਛੀ ਹੁੰਦੇ ਨੇ, ਉਹਦੇ ਵਿੱਚੋਂ ਸਾਡੇ ਕੋਲ ਪੰਜਾਬ ਦਾ ਜਿਹੜਾ ਆਪਣੇ ਕੋਲ ਹੈਰੀਅਰ ਜਿਹਨੂੰ ਬਾਜ ਕਹਿੰਦੇ ਆ, ਠੀਕ ਹੈ, ਗੌਸ਼ੌਕ, ਨਦਰਨ ਗੌਸ਼ੌਕ ਸਾਡਾ ਸਟੇਟ ਬਰਡ ਹੈ, ਉਹ ਹੈਗਾ। ਉਸ ਤੋਂ ਇਲਾਵਾ ਹਰੀਕੇ ਵੈਟਲੈਂਡ ਵਾਲੇ ਪਾਸੇ ਚਲੇ ਜਾਈਏ। ਹੁਣ ਇੱਥੇ ਆਈ ਥੋੜ੍ਹੀ ਇੰਟਰਸਟਿੰਗ ਗੱਲ, ਪੰਜਾਬ ਦੇ ਵਿੱਚ ਇੱਕ ਐਸਾ ਜਾਨਵਰ ਹੈ ਜਿਹੜਾ ਦੁਨੀਆ ਦੇ ਵਿੱਚ ਸਿਰਫ 6 ਜਗ੍ਹਾ 'ਤੇ ਹੀ ਮਿਲਦਾ, ਉਹ ਹੈਗਾ ਫਰੈਸ਼ ਵਾਟਰ ਰਿਵਰ ਡੋਲਫਿਨ, ਬੁੱਲਣ ਵੇਲ ਕਹਿੰਦੇ ਹਾਂ ਆਪਾਂ ਉਹਨੂੰ, ਜ਼ੀਰੇ ਦੇ ਕੋਲ ਹਰੀਕੇ ਦੇ ਲਾਗ, ਹਰੀਕੇ ਵੈਟਲੈਂਡ ਹੈ ਬਹੁਤ ਮਸ਼ਹੂਰ, ਹਾਂਜੀ, ਰਾਮਸਰ ਸਾਈਟ ਆ ਉਹ, ਯਾਨੀ ਕਿ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਸਾਈਟ, ਇੰਪੋਰਟੈਂਟ ਸਾਈਟ ਆ ਉਹ। ਉੱਥੇ ਸਾਈਬੇਰੀਆ ਤੋਂ ਹਰ ਸਾਲ ਮਾਈਗ੍ਰੇਟਰੀ ਬਰਡ ਆਉਂਦੇ ਨੇ, ਅਤੇ ਉਹ ਬਹੁਤ ਜ਼ਿਆਦਾ ਮਤਲਬ ਤਾਦਾਦ ਵਿੱਚ ਆਉਂਦੇ ਆ। ਅਤੇ ਉਹ ਵੈਟਲੈਂਡ ਦੇ ਵਿੱਚ ਸਾਡੇ ਕੋਲ 2006 'ਚ ਡਿਸਕਵਰ ਹੋਇਆ ਸੀ, ਸਾਡੇ ਕੋਲ ਰਿਵਰ ਡੋਲਫਿਨ ਆ, ਅਤੇ ਇੰਡਸ ਰਿਵਰ ਡੋਲਫਿਨ ਅਤੇ ਗੰਗੈਟਿਕ ਰਿਵਰ ਡੋਲਫਿਨ ਇੰਡੀਆ ਦੇ ਵਿੱਚ ਦੋ ਜਗ੍ਹਾ ਮਿਲਦੀਆਂ ਨੇ, ਇੱਕ ਗੰਗਾ ਦੇ ਵਿੱਚ ਅਤੇ ਇੱਕ ਸਾਡੇ ਕੋਲ ਬਿਆਸ ਦੇ ਵਿੱਚ। ਉਸ ਤੋਂ ਇਲਾਵਾ ਦੁਨੀਆ 'ਚ ਸਿਰਫ 4 ਹੋਰ ਜਗ੍ਹਾ ਨੇ ਜਿੱਥੇ ਇਹ ਡੋਲਫਿਨ ਮਿਲਦੀਆਂ, ਯਾਨੀ ਕਿ ਇੰਨਾ ਇੰਪੋਰਟੈਂਟ ਹੈਗੀਆਂ ਨੇ ਇਸ ਟਾਈਮ ਹੈਗੀਆਂ ਨੇ। ਅਤੇ ਪਿਛਲੇ ਸਾਲ 2019 ਦੇ ਵਿੱਚ, ਹਾਂ ਸ਼ਾਇਦ 19 ਦੇ ਵਿੱਚ, ਗੁਰਦਾਸਪੁਰ ਦੀ ਪਨਿਆੜ ਸ਼ੂਗਰ ਮਿਲ ਤੋਂ ਇੱਕ ਸੀਰਾ ਰਿਲੀਜ਼ ਹੋਇਆ ਸੀਗਾ ਅਤੇ ਉੱਥੇ 1000,000 ਜਾਨਵਰ ਮਰੇ ਸੀ ਅਤੇ ਉਹਨਾਂ ਵਿੱਚ ਡੋਲਫਿਨ ਨੂੰ ਵੀ ਨੁਕਸਾਨ ਹੋਇਆ ਦੱਸਦੇ ਨੇ। ਉਹ ਪਤਾ ਉਦੋਂ ਲੱਗਾ ਵੀ ਇੰਨੀਆਂ ਮੱਛੀਆਂ ਹੁੰਦੀਆਂ, ਮੱਛੀਆਂ ਹੁੰਦੀਆਂ, ਹਾਂਜੀ। ਅਤੇ ਪੰਜਾਬ ਦੇ ਵਿੱਚ ਮੰਨ ਲਓ ਦੇਖੋ ਕਿ ਇੱਕ ਐਸੀ ਚੀਜ਼ ਹੈ, ਐਸੀ ਪ੍ਰਜਾਤੀ ਹੈ ਜਿਹੜੀ ਦੁਨੀਆ ਦੇ ਵਿੱਚ ਸਿਰਫ 6 ਜਗ੍ਹਾ 'ਤੇ ਆ, ਹਾਂਜੀ। ਅਤੇ ਅਸੀਂ ਦੁਨੀਆ ਦੇ ਵਾਈਲਡ ਲਾਈਫ ਦੇ ਮਾਨਚਿੱਤਰ ਦੇ ਉੱਪਰ ਪੰਜਾਬ ਇੱਕ ਇੰਪੋਰਟੈਂਟ ਸਪੋਟ ਆ ਜੀ। ਪ੍ਰੋਬਲਮ ਬਸ ਇੱਥੇ ਹੈ ਕਿ ਅਸੀਂ ਇਹ ਸਾਰੇ ਜਾਨਵਰ ਬਾਰੇ ਸਾਨੂੰ ਪਤਾ ਵੀ ਹੁਣ ਡਿਵੈਲਪਮੈਂਟ ਦੀ ਗੱਲ ਚੱਲਦੀ ਆ, ਹਾਂ, ਜਾਂ ਆਪਣੇ ਸੋਰਸ ਵਧਾਉਣ ਦੀ ਗੱਲ ਚੱਲਦੀ ਆ। ਆਪ ਤੌਰ 'ਤੇ ਕਹਿੰਦੇ ਕਿ ਪੰਜਾਬ ਕੋਈ ਖਣਿਜ ਪਦਾਰਥ ਨਹੀਂ, ਸਾਡੇ ਕੋਲ ਸਿਰਫ ਪਾਣੀ ਹੈ, ਅਤੇ ਅਸੀਂ ਕਿਵੇਂ ਇਹਦੇ ਸਿਰ 'ਤੇ ਅੱਗੇ ਸਰਵਾਈਵ ਕਰੀਏ। ਪਰ ਹੁਣ ਜਿਹੜਾ ਤੁਸੀਂ ਇੱਕ ਮਾਡਲ ਲੈ ਕੇ ਆਏ ਹੋ ਕਿ ਆਪਾਂ ਵਾਈਲਡ ਲਾਈਫ ਨੂੰ ਵੀ ਇੱਕ ਜਿਹੜਾ ਚੈਨਲ ਹੈ, ਇੱਕ ਸੋਰਸ ਬਣਾ ਸਕਦੇ ਹਾਂ, ਪੰਜਾਬ ਦੀ ਹਾਲਤ ਇਹਨਾਂ ਵੀ ਸੁਧਰ ਸਕਦੀ ਆ, ਜਾਂ ਜਿਵੇਂ ਤੁਸੀਂ ਪਿੱਛੇ ਹੁਣੇ ਆਉਂਦੇ ਆ ਵਰਤਿਆ ਸ਼ਬਦ ਵੀ, ਜੇ ਇਹ ਮਾਈਗ੍ਰੇਟ ਕਰਦੇ ਨੇ ਇਹ ਜਾਨਵਰ, ਤਾਂ ਇਹਨੇ ਇੱਕ ਸੋਨੇ ਦੀ ਖਾਨ ਵਾਂਗ ਲੈਣਾ ਚਾਹੀਦਾ। ਬਿਲਕੁਲ। ਸੋ ਉਹ ਹੁਣ ਸਾਨੂੰ ਸਮਝਾਓ ਵੀ ਉਹ ਕਿਸ ਤਰੀਕੇ ਨਾਲ ਹੋ ਸਕਦਾ। ਦੇਖੋ, ਮੈਂ ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ ਨਾ ਕਿ ਪੰਜਾਬ 'ਚ ਨੌਲੇਜ ਦਾ ਗੈਪ ਆ, ਲੈਕ ਆਫ ਨੌਲੇਜ ਆ। ਅਤੇ ਲੈਕ ਆਫ ਨੌਲੇਜ ਕਿਉਂ ਆ? ਕਿਉਂਕਿ ਪੰਜਾਬ ਤੋਂ ਮੈਨੂੰ ਥੋੜ੍ਹਾ ਪਿੱਛੇ 'ਚ ਲੈ ਕੇ ਚੱਲਦਾ, ਇਹਦਾ ਬੇਸ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਪੰਜਾਬ ਦੇ ਵਿੱਚੋਂ ਨਿਕਲ ਕੇ ਇੱਕ ਐਸੇ ਕਿੱਤੇ ਨਾਲ ਜੁੜਿਆ ਜਿੱਥੇ ਆਲਰੇਡੀ ਮਤਲਬ ਬਹੁਤ ਥੋੜ੍ਹੇ ਲੋਕ ਨੇ, ਹਾਂਜੀ, ਅਤੇ ਜੇ ਮੈਂ ਅਚੀਵ ਕਰ ਸਕਿਆ, ਕਿਉਂਕਿ ਜਿੱਦ ਸੀਗੀ ਅਤੇ ਚਲਾ ਗਿਆ, ਮੈਨੂੰ ਕੋਈ ਗਾਈਡ ਨਹੀਂ ਰਿਹਾ ਸ਼ੁਰੂ ਤੋਂ, ਅਤੇ ਪਰ ਕਿਸ ਤਰੀਕੇ ਨਾਲ ਚਲੋ ਮੌਕਾ ਮਿਲਦਾ ਗਿਆ ਅਤੇ ਮੈਂ ਇੱਕ
ਇੰਡੀਆ ਦੇ ਨੈਸ਼ਨਲ ਐਨੀਮਲ 'ਤੇ ਕੰਮ ਕਰਨ ਲੱਗ ਗਿਆ, ਟਾਈਗਰ 'ਤੇ ਜੀ। ਪੰਜਾਬ ਵਿੱਚੋਂ ਬਹੁਤੇ ਲੋਕ ਜਿਹੜੇ ਨੇ, ਮੇਰੇ ਪੇਰੈਂਟਸ ਜਿਵੇਂ ਚਾਹੁੰਦੇ ਸੀ ਕਿ ਮੈਂ ਡੰਗਰ ਡਾਕਟਰ ਬਣਾ, PAU ਦੇ ਵਿੱਚ ਹੀ ਪੜ੍ਹਾਈ ਕਰਕੇ ਜਾਂ BSC ਐਗਰੀਕਲਚਰ ਕਰਾਂ, ਅਤੇ ਮੈਂ ਥੋੜ੍ਹਾ ਵਿਦਰੋਹ ਕਰਕੇ ਉੱਧਰ ਨੂੰ ਹੋ ਗਿਆ। ਪੰਜਾਬ 'ਚ ਸਾਰੇ ਲੋਕ ਤਾਂ ਕੁਛ ਨਹੀਂ ਕਰ ਸਕਦੇ। ਸਾਡੇ ਇੱਥੇ ਮੁੱਖ ਕਿੱਤਾ ਟਾਈਮ ਟੂ ਟਾਈਮ, ਜਿਵੇਂ ਪਹਿਲਾਂ ਇੱਥੇ ਕੋਈ ਲੋਕ ਐਗਰੀਕਲਚਰ ਕਰਨ ਲੱਗ ਗਏ ਜਾਂ ਇੰਜੀਨੀਅਰ ਬਣਨ ਲੱਗ ਗਏ, ਫਿਰ ਹੁਣ ਚੱਲਦਾ ਕਈ ਸਾਲਾਂ ਤੋਂ, 10-12 ਸਾਲ ਤੋਂ, ਕਿ ਵਿਦੇਸ਼ ਨੂੰ ਜਾਓ, ਆਪਾਂ ਕੈਨੇਡਾ, ਅਮਰੀਕਾ, ਸਾਰੇ ਪਾਸੇ, ਮਤਲਬ ਤੁਹਾਨੂੰ ਪਤਾ ਸਟੂਡੈਂਟ ਚੱਲੇ ਹੋਏ ਸੀ, ਮੈਂ ਵੀ ਚੱਲਿਆ ਸੀ, ਮੈਂ ਤਾਂ ਚਲੋ ਹੁਣ ਚੱਲਿਆ ਸੀ, ਮੇਰੀ ਵਜ੍ਹਾ ਵੀ ਇੱਕ ਹੋਰ ਸੀ ਜੀ, ਅਤੇ ਪਰ ਮੋਸਟਲੀ ਲੋਕ ਚੱਲੇ ਸੀ। ਹਾਂਜੀ, 12ਵੀਂ ਤੋਂ ਬਾਅਦ ਬੱਚੇ ਬਾਹਰ ਚਲੇ ਜਾ ਰਹੇ ਨੇ ਕਿ ਇੱਥੇ ਕੁਛ ਨਹੀਂ ਹੈ। ਹਾਂਜੀ, ਅਤੇ ਸਾਡੇ ਕੋਲ ਜੇ ਅਸੀਂ, ਮੈਂ ਹੈਗਾ, ਬਹੁਤ ਸਾਰੇ ਲੋਕ ਹੋਰ ਨੇ, ਜੇ ਅਸੀਂ ਪੰਜਾਬ ਦੇ ਲਈ ਵਾਈਲਡ ਲਾਈਫ ਦਾ ਕੋਈ ਇੱਕ ਐਸਾ ਮਾਡਲ ਡਿਵੈਲਪ ਕਰੀਏ, ਜਿਵੇਂ ਆਪਾਂ ਗੱਲ ਕਰ ਲਈ ਕਿ ਪੰਜਾਬ 'ਚ ਵਾਈਲਡ ਲਾਈਫ ਬਹੁਤ ਸਾਰੀ ਹੈਗੀ ਆ। ਹਾਂਜੀ, ਅਤੇ ਮੈਂ ਚਾਹੁੰਦਾ ਕਿ ਲੋਕਾਂ ਨੂੰ ਟ੍ਰੇਨ ਕੀਤਾ ਜਾਵੇ। ਹਾਂਜੀ, ਅਤੇ ਪੰਜਾਬ ਦੇ ਵਿੱਚ ਜਿਹੜੀ ਆਹ ਵਾਈਲਡ ਲਾਈਫ ਆ, ਹੁਣ ਪੰਜਾਬ 'ਚ ਲੈਪਰਡ ਆਉਂਦਾ ਨਾ, ਜਿਵੇਂ ਇਹ ਸ਼ਡਿਊਲ 1 ਐਨੀਮਲ ਆ, ਅੰਬਰੇਲਾ ਸਪੀਸ਼ੀ ਆ, ਕੀ ਸਟੋਨ ਸਪੀਸ਼ੀ ਆ ਇਹ, ਮਤਲਬ ਜਿੱਥੇ ਇਹ ਹੋਊਗਾ ਉੱਥੇ ਹੋਰ ਜਾਨਵਰ ਵੀ ਹੋਣਗੇ। ਇੱਕ ਆਪਣੇ ਨਾਲ ਲੈਪਰਡ, ਇੱਕ ਆਪਣੇ ਨਾਲ ਪੂਰਾ ਦਾ ਪੂਰਾ ਇਕੋ ਸਿਸਟਮ ਲੈ ਕੇ ਚੱਲਦਾ। ਹਾਂਜੀ, ਅਤੇ ਜਿਵੇਂ ਬੁੱਲਣ ਵੇਲ, ਮੈਂ ਤੁਹਾਨੂੰ ਦੱਸੀ, ਉਹ ਆਪਾਂ ਜਿਹੜੀ ਮੱਛੀ ਆ ਉਹਦੀ ਗੱਲ ਕੀਤੀ ਆ, ਸਾਈਬੇਰੀਅਨ ਬਰਡਸ ਨੇ ਸਾਡੇ ਕੋਲ, ਤਕਰੀਬਨ 13 ਐਸੇ ਸਪੋਟਸ ਨੇ ਜਿਨ੍ਹਾਂ ਨੂੰ ਆਪਾਂ ਵਾਈਲਡ ਲਾਈਫ ਸੈਂਚਰੀਜ਼ ਕਹਿੰਦੇ ਹਾਂ, ਉਹ ਪੰਜਾਬ ਵਿੱਚ ਹੈਗੀਆਂ ਨੇ, ਹਾਲਾਂਕਿ ਘੱਟ ਨੇ, ਹੋਰ ਹੋ ਸਕਦੀਆਂ ਨੇ। ਪੰਜਾਬ ਵਿੱਚ ਕਈ ਸਾਰੀਆਂ ਬੀੜਾਂ ਨੇ, ਬੀੜ ਜਿਹਨੂੰ ਕਹਿੰਦੇ ਆ, ਬੀੜ ਜੰਗਲ ਹੁੰਦੇ ਨੇ, ਝਿੜੀ ਹੁੰਦੀ ਹੈ, ਜੰਗਲ ਹੁੰਦਾ, ਇਹ ਐਸੀਆਂ ਪੰਜਾਬ 'ਚ ਕਈ ਨੇ, ਸੈਂਕੜੇ ਹੋਣਗੀਆਂ, ਜਿੱਥੇ ਛੋਟੇ ਛੋਟੇ ਜੰਗਲ ਹੈ, ਜਿੱਥੇ ਫੋਰੈਸਟ ਡਿਪਾਰਟਮੈਂਟ ਨੇ ਸਿਰਫ ਉਹਨੂੰ ਐਕਵਾਇਰ ਕਰਨ ਲਈ ਉੱਥੇ ਪਹਾੜੀ ਕਿੱਕਰ ਲਈ ਹੋਈ ਹੈ ਬਹੁਤ ਜਗ੍ਹਾ 'ਤੇ, ਨੇਟਿਵ ਸਾਡੇ ਰੁੱਖ ਖਤਮ ਹੋਏ ਹੋਏ ਨੇ। ਹਾਂਜੀ, ਜਦੋਂ ਲੈਪਰਡ ਮੂਵ ਕਰਦਾ ਨਾ, ਇਹਨੂੰ ਜੇ ਤਾਂ ਕੋਈ ਐਸੀ ਰਹਿਣ ਦੀ ਜਗ੍ਹਾ ਮਿਲੀ ਤਾਂ ਠੀਕ, ਤੁਸੀਂ ਇਹਨੂੰ ਐਜ਼ ਏ ਟੂਰਿਜ਼ਮ ਪਰਪਸ ਯੂਜ਼ ਕਰ ਸਕਦੇ ਹੋ। ਅੱਛਾ ਜੀ, ਅਤੇ ਜੇ ਇਹਨੂੰ ਰਹਿਣ ਨੂੰ ਪ੍ਰੋਪਰ ਸਪੇਸ ਨਾ ਮਿਲੇ ਅਤੇ ਡਿਸਟਰਬੈਂਸ ਹੋਵੇ, ਅਤੇ ਇਹ ਤੁਹਾਡੇ ਲਈ ਸਿਰਦਰਦ ਵੀ ਬਣ ਸਕਦਾ। ਉੱਤਰਾਖੰਡ ਦੀ ਇਗਜ਼ਾਮਪਲ ਹੈ ਜੀ, ਰਾਜਸਥਾਨ ਇਗਜ਼ਾਮਪਲ ਹੈ। ਰਾਜਸਥਾਨ ਦੇ ਵਿੱਚ ਜਲਾਨਾ ਇੱਕ ਜਗ੍ਹਾ ਹੈ ਜਿਹੜਾ ਜੈਪੁਰ, ਇੱਕ ਬਹੁਤ ਮਸ਼ਹੂਰ ਸ਼ਹਿਰ ਹੈ, ਜੈਪੁਰ ਦੇ ਜਮਾਂ ਹੀ ਨਾਲ ਬਾਉਂਡਰੀ ਦੇ ਨਾਲ ਇੰਡਸਟਰੀਅਲ ਏਰੀਆ, ਇੰਡਸਟਰੀ ਏਰੀਏ ਤੋਂ ਬਿਲਕੁਲ ਬਾਹਰ ਇੱਕ ਛੋਟਾ ਜਿਹਾ ਜੰਗਲ ਆ, ਉਹ ਕਿੱਕਰ ਦਾ ਹੀ ਫੋਰੈਸਟ ਆ ਬੇਸਿਕਲੀ, ਉੱਥੇ ਕਿੱਕਰ ਜ਼ਿਆਦਾ ਹੁੰਦਾ। ਅੱਛਾ ਜੀ, ਅਤੇ ਕਿੱਕਰ ਅਤੇ ਬਬੂਲ, ਉਹ ਜੰਗਲਾਂ ਦੇ ਵਿੱਚ ਤਕਰੀਬਨ 8-9 ਲੈਪਰਡ ਰਹਿੰਦੇ ਨੇ। ਅੱਛਾ ਜੀ, ਅਤੇ ਉਹ ਕਿਸੇ ਜ਼ਮਾਨੇ ਦੇ ਵਿੱਚ ਉੱਥੇ ਲੋਕਾਂ ਦਾ ਭੇਡ ਬੱਕਰੀਆਂ ਦਾ ਨੁਕਸਾਨ ਵੀ ਕਰਦੇ ਹੁੰਦੇ ਸੀ, ਲੋਕ ਉੱਥੇ ਮੰਦਰ ਨੇ ਜਾਂਦੇ ਸੀ, ਇੱਦਾਂ ਇੱਕ ਬੇੜਾ ਕਰਕੇ ਜਗ੍ਹਾ ਰਾਜਸਥਾਨ 'ਚ, ਫਾਲਣਾ ਇੱਕ ਸਟੇਸ਼ਨ ਹੈ, ਉਹਦੇ ਕੋਲ ਬੇੜਾ, ਕੁੰਭਲਗੜ੍ਹ ਬੜਾ ਮਸ਼ਹੂਰ ਹੈ, ਉਹਦੇ ਨਾਲ ਉੱਥੇ ਬੰਦੇ ਅਤੇ ਲੈਪਰਡ ਰਲ ਮਿਲ ਕੇ ਰਹਿੰਦੇ ਨੇ ਇੱਕ ਦੂਜੇ ਨਾਲ। ਅੱਛਾ ਜੀ, ਅਤੇ ਉੱਥੇ ਹੁਣ ਟੂਰਿਸਟ ਇੰਨਾ ਵੱਧ ਗਿਆ, ਅਸੀਂ ਸ਼ੁਰੂਆਤੀ ਕਹਿ ਲਓ ਕਿ ਲੋਕਾਂ ਦੇ ਵਿੱਚੋਂ ਸੀਗੇ ਉੱਥੇ, ਜਿਹੜੇ ਜਾ ਕੇ ਸ਼ੁਰੂ ਕੀਤਾ ਫੋਟੋਗ੍ਰਾਫੀ ਕਰਨੀ। ਹਾਂਜੀ, ਅਤੇ ਮੈਂ, ਮੇਰੇ ਕੁਛ ਮਿੱਤਰ, ਉਹ ਜਗ੍ਹਾ ਅੱਜ ਦੀ ਡੇਟ ਵਿੱਚ ਇੰਨੀ ਪਾਪੂਲਰ ਹੈ, ਇੰਡੀਆ ਦੇ ਵਿੱਚ ਜਿਹੜੇ ਵੱਡੇ ਮੰਨੇ 'ਚ ਨਾਂ ਨੇ, ਸਚਿਨ ਤੇਂਦੁਲਕਰ ਦੀ ਕੁੜੀ, ਸਚਿਨ ਤੇਂਦੁਲਕਰ ਆਪ ਹੁਣ ਅੱਜ ਕੱਲ੍ਹ ਵਾਈਲਡ ਲਾਈਫ ਬਹੁਤ ਜ਼ਿਆਦਾ ਐਕਸਪਲੋਰ ਕਰਦਾ, ਅਤੇ ਰਣਦੀਪ ਹੁੱਡਾ, ਇਹ ਲੋਕ ਇਹਨਾਂ ਜਗ੍ਹਾ ਦੇ ਪਰਮਾਨੈਂਟ ਕਸਟਮਰਸ ਨੇ। ਅੱਛਾ ਜੀ, ਕਿਉਂਕਿ ਉਹਨਾਂ ਕੋਲ ਆਲਰੇਡੀ ਟੂਰਿਜ਼ਮ ਦਾ ਸੀਗਾ, ਉਹਨਾਂ ਨੇ ਵਾਈਲਡ ਲਾਈਫ ਵਾਲੇ ਪਾਸੇ ਨੂੰ ਵੀ ਇਹਨੂੰ ਥੋੜ੍ਹਾ ਜਿਹਾ ਖਿੱਚ ਲਿਆ, ਇੱਕ ਤੁਹਾਨੂੰ ਆਪਸ਼ਨ ਦੇ ਤੀ। ਹਾਂਜੀ, ਅਤੇ ਇਹਨਾਂ ਦੇ ਵਿੱਚ ਬਣੇ ਹੋਏ ਹੋਟਲ ਜਿਹੜੇ ਨੇ, ਉਹਨਾਂ ਦਾ ਕਈਆਂ ਦਾ ਕਿਰਾਇਆ 100,000 ਰੁਪਇਆ ਰਾਤ ਦਾ। ਅੱਛਾ ਜੀ, ਇਹਨਾਂ ਦੋਨਾਂ ਜਗ੍ਹਾ ਦੇ ਉੱਪਰ ਲੋਕ ਜਾਂਦੇ ਨੇ, ਲੈਪਰਡ ਨੂੰ ਕੋਲੋਂ ਦੇਖਦੇ ਨੇ, ਅਤੇ ਜਿਹੜੇ ਲੋਕਲ ਨੇ ਉਹਨਾਂ ਨੂੰ ਪਤਾ ਕਿ ਅਸੀਂ, ਸਾਨੂੰ ਇਸ ਜਾਨਵਰ ਤੋਂ ਪੈਸਾ ਮਿਲ ਰਿਹਾ, ਅਤੇ ਉਹ ਵੀ ਨੁਕਸਾਨ ਨਹੀਂ ਕਰਦੇ, ਅਤੇ ਲੈਪਰਡ ਵੀ ਖੁਸ਼ ਆ, ਜਾਨਵਰ ਵੀ ਖੁਸ਼ ਆ, ਅਤੇ ਬੰਦੇ ਵੀ ਖੁਸ਼ ਨੇ, ਅਤੇ ਟੂਰਿਜ਼ਮ ਨੂੰ, ਲੈਪਰਡ ਮਤਲਬ ਕਿ ਆਦਮਖੋਰ ਨਹੀਂ ਬਣਦਾ, ਰਹਿ ਸਕਦਾ, ਰਹਿ ਸਕਦਾ ਬੜੇ ਆਰਾਮ ਨਾਲ, ਉਹਨੂੰ ਜਗ੍ਹਾ ਥੋੜ੍ਹੀ ਚਾਹੀਦੀ ਆ। ਅੱਛਾ ਜੀ, ਲੈਪਰਡ ਦੀ ਡਾਇਟ ਬਹੁਤ ਵਰਸੇਟਾਈਲ ਆ, ਉਹਨੂੰ ਵੱਡਾ ਜਾਨਵਰ ਨਹੀਂ ਮਾਰਨਾ, ਉਹ ਛੋਟੇ ਉਹ ਪੰਛੀ ਵੀ ਖਾਲੂਗਾ। ਬਰਸਾਤਾਂ ਦੇ ਵਿੱਚ ਅਸੀਂ ਦੇਖਿਆ ਕਿ ਉਹ ਕੀੜੇ ਮਕੌੜੇ ਜਿਹੜੇ ਹੁੰਦੇ ਨੇ ਘਰਾਂ 'ਚੋਂ ਨਿਕਲਣ ਵਾਲੇ, ਜਿਹੜੇ ਧਮੱਕੜ ਜਿਹੇ ਹੁੰਦੇ ਨੇ, ਭਮੱਕੜ ਹੁੰਦੇ ਨੇ, ਸਭ ਖਾ ਲੈਂਦਾ। ਅੱਛਾ ਜੀ, ਗੰਡੋਏ ਵੀ ਖਾ ਲੈਂਦਾ, ਅਤੇ ਉਹਦੀ ਡਾਇਟ ਬਹੁਤ ਜ਼ਿਆਦਾ ਵਰਸ, ਚਿਕਨ ਜਿਹੜਾ ਵੇਸਟ ਲੋਕ ਛੱਡਦੇ ਨੇ ਪੋਲਟਰੀ ਫਾਰਮ ਦੇ ਬਾਹਰ ਹੁੰਦਾ, ਉਹ ਵੀ ਖਾ ਕੇ ਗੁਜ਼ਾਰਾ ਕਰ ਲੈਂਦਾ, ਅਤੇ ਐਸਾ ਲਚਕੀਲਾ ਜਾਨਵਰ ਹੈ ਬਹੁਤ, ਸਾਈਜ਼ ਛੋਟਾ ਰਹਿ ਲੈਂਦਾ।
ਹੁਣ ਲੁਧਿਆਣੇ ਦੇ ਵਿੱਚ ਐਗਜ਼ਾਮਪਲ ਦੇ ਤੌਰ 'ਤੇ ਮੱਤੇਵਾੜਾ ਫੋਰੈਸਟ ਹੈ, ਹਾਂਜੀ, ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਮੱਤੇਵਾੜਾ ਤੋਂ ਮਾਛੀਵਾੜਾ ਨਾਲ ਹੀ ਹੈ, ਇਸ ਜੰਗਲ ਦੇ ਕੋਲੋਂ ਨਿਕਲਦਾ ਬੁੱਢਾ ਨਾਲਾ, ਅਤੇ ਜੇ ਤੁਹਾਡੇ ਕੋਲ ਇੱਕ ਹੈਲਦੀ ਜੰਗਲ ਹੋਊਗਾ ਨਾ, ਤੁਹਾਡੇ ਉਹਦੇ ਨੇੜੇ ਨਿਕਲਣ ਨਦੀਆਂ ਜਿਹੜੀਆਂ ਨੇ, ਤੁਸੀਂ ਉਹਨਾਂ ਨੂੰ ਮੈਨੇਜ ਕਰ ਸਕਦੇ, ਤੁਹਾਡਾ ਪੂਰਾ ਇਕੋਸਿਸਟਮ ਮੈਨੇਜ ਹੋ ਸਕਦਾ। ਹਾਂਜੀ, ਇਹਦੇ 'ਚ ਹੁਣ ਇੱਕ ਐਡ ਆਨ ਕਰੀਏ ਕਿ ਪੰਜਾਬ ਦੇ ਵਿੱਚ ਐਸਾ, ਇੰਡੀਆ ਦੇ ਵਿੱਚ ਐਸਾ ਕੋਈ ਟੂਰਿਸਟ ਨਹੀਂ ਹੈਗਾ ਗੋਰਾ ਜਿਹੜਾ ਬਾਹਰੋਂ ਆਉਂਦਾ ਅਤੇ ਉਹਦੀ ਲਿਸਟ ਵਿੱਚ ਦਰਬਾਰ ਸਾਹਿਬ ਗੋਲਡਨ ਟੈਂਪਲ ਨਾ ਹੋਵੇ। ਹਾਂਜੀ, ਹੁੰਦਾ ਇਹ ਮੰਨਦੇ ਹੋ? ਸਾਰੇ ਚਲੋ ਛੱਡੋ, 95-90% ਟੂਰਿਸਟ ਦੇ ਲਿਸਟ ਵਿੱਚ, ਫੋਰਨਰ ਦੇ ਵਿੱਚ ਟੂਰਿਸਟ ਇੱਕ ਦਰਬਾਰ ਸਾਹਿਬ ਜਾਣਾ ਹੁੰਦਾ। ਹਾਂਜੀ, ਸਾਡੀ ਦੁਰਭਾਗ ਇਹੀ ਹੈ ਕਿ ਅਸੀਂ ਸਿਰਫ ਉਹ ਟੂਰਿਸਟ, ਉਸ ਅੰਗਰੇਜ਼ ਦਾ ਜਿਹੜਾ ਟੂਰਿਜ਼ਮ ਦਾ ਮੋਟੋ ਹੈ ਉੱਥੇ ਤੱਕ ਆ ਕੇ ਹੀ ਸੋਲਵ ਹੋ ਜਾਂਦਾ, ਉਸ ਤੋਂ ਬਾਅਦ ਪੰਜਾਬ 'ਚ ਕੁਝ ਹੋਰ ਐਕਸਪਲੋਰ ਕਰਨ ਨੂੰ ਹੈ ਨਹੀਂ। ਬਹੁਤ ਥੋੜ੍ਹੇ ਲੋਕ ਨੇ ਐਕਸਪਲੋਰ ਕਰਦੇ ਨੇ, ਕੋਈ ਅਨੰਦਪੁਰ ਸਾਹਿਬ ਚਲੇ ਗਏ, ਕਿਤੇ ਹੋਰ ਚਲੇ ਗਏ, ਅਤੇ ਉਹ ਰਿਲੀਜੀਅਸ ਟੂਰਿਜ਼ਮ ਵੀ ਰਹਿ ਜਾਂਦਾ। ਜਦਕਿ ਸਾਡੇ ਕੋਲ ਤੁਹਾਨੂੰ ਦੱਸਿਆ ਡੋਲਫਿਨ ਹੈ, ਅੰਮ੍ਰਿਤਸਰ ਤੋਂ ਕਿੰਨਾ ਕੁ ਦੂਰ ਹੈ? ਹਾਂਜੀ, ਥੋੜ੍ਹਾ ਹੀ ਦੂਰ ਹੈ, ਉਸ ਘੰਟੇ ਦਾ ਰਾਹ ਆ। ਹਾਂਜੀ, ਉੱਥੇ ਵੀ ਆ ਸਕਦੇ ਆ, ਪਰ ਅਸੀਂ ਉਹਨੂੰ ਉਸ ਤਰ੍ਹਾਂ ਪ੍ਰੋਜੈਕਟ ਨਹੀਂ ਕਰਦੇ। ਉਸ ਤੋਂ ਇਲਾਵਾ ਜੇ ਸਾਡੇ ਕੋਲ ਲੈਪਰਡ ਮੂਵਮੈਂਟ ਹੋ ਰਹੀ ਹੈ, ਅਸੀਂ ਇੱਦਾਂ ਦੇ ਕੋਈ ਸਾਈਟਸ ਬਣਾਈਆਂ ਹੋਈਆਂ ਨੇ ਜਿੱਥੇ ਜੀਪ ਸਫਾਰੀਆਂ ਹੋਣ, ਹੁਸ਼ਿਆਰਪੁਰ ਜ਼ਿਲ੍ਹਾ, ਉੱਥੇ ਤੁਸੀਂ ਜੀਪਾਂ ਲਾਓ, ਸਫਾਰੀ ਸ਼ੁਰੂ ਕਰੋ, ਅਤੇ ਤੁਹਾਡੇ ਕੋਲ ਇਹ ਟੂਰਿਜ਼ਮ ਸਾਰਾ ਉੱਥੇ ਆਊਗਾ। ਹਾਂਜੀ, ਤੁਸੀਂ ਇਸ ਟੂਰਿਜ਼ਮ ਨੂੰ ਕੈਟਰ ਕਰ ਸਕਦੇ ਹੋ ਅਤੇ ਪੰਜਾਬ ਦੇ ਲਈ ਰੁਜ਼ਗਾਰ ਪੈਦਾ ਕਰ ਸਕਦੇ ਹੋ। ਦੂਸਰੇ ਨੰਬਰ 'ਤੇ ਜਿਹੜੀ ਹੁਣ ਇਹ 'ਚ ਹੋਰ ਐਡ ਆਨ ਪੁਆਇੰਟ ਆ ਕਿ ਜਿਹੜਾ ਇਹਦੇ ਪੱਖ 'ਚ ਢੁੱਕਦਾ ਕਿ ਜਿਹੜੀ ਵਾਈਲਡ ਲਾਈਫ ਟੂਰਿਜ਼ਮ ਹੈ ਨਾ, ਉਹ ਦੁਨੀਆ ਦਾ ਇੱਕ ਕਹਿ ਲਓ ਬਹੁਤ ਉੱਨਤੀ ਕਰਦਾ ਹੋਇਆ, ਭੱਖਦਾ ਹੋਇਆ, ਜਾਂ ਕਹਿ ਲਓ ਐਕਸਪੈਂਸਿਵ ਕਮੋਡਿਟੀ ਆ, ਸੰਸਾਧਨ ਹੈ, ਮਹਿੰਗਾ ਸੰਸਾਧਨ ਹੈ। ਜਿਵੇਂ ਜਿਵੇਂ ਜੰਗਲੀ ਜਾਨਵਰ ਘੱਟ ਰਹੇ ਨੇ, ਲੋਕ ਐਕਸਪਲੋਰ ਕਰ ਰਹੇ ਨੇ, ਇਗਜ਼ਾਮਪਲ ਦੇ ਤੌਰ 'ਤੇ ਜਿਮ ਕਾਰਬਿਟ ਨੈਸ਼ਨਲ ਪਾਰਕ ਜਿਹੜਾ ਉੱਤਰਾਖੰਡ ਦੇ ਵਿੱਚ ਆ, ਜਾਂ ਕਿਤੇ ਰਣਥੰਭੌਰ, ਮਸ਼ਹੂਰ ਨੈਸ਼ਨਲ ਪਾਰਕ ਨੇ, ਉੱਥੇ 2 ਸਾਲ ਪਹਿਲਾਂ ਟਾਈਗਰ ਸਫਾਰੀ ਜਿਹੜੀ ਜੀਪ ਸਫਾਰੀ ਕਰਨੀ ਹੁੰਦੀ ਨਾ, ਉਹ 3-4 ਹਜ਼ਾਰ 'ਚ ਹੋ ਜਾਂਦੀ ਸੀ। ਹਾਂਜੀ, 2500-4 ਸਾਲ ਪਹਿਲਾਂ ਹੁੰਦੀ, ਅੱਜ ਉਹ 8,000 ਰੁਪਏ ਦੀ ਹੁੰਦੀ ਹੈ। ਅੱਛਾ, ਇੱਕ ਸਫਾਰੀ, ਅਤੇ ਸਾਡੇ 'ਚ ਪੰਜਾਬੀ ਟੂਰਿਸਟ ਬਹੁਤ ਜਾਂਦਾ ਉੱਧਰ, ਹਿਮਾਚਲ ਤੁਰੇ ਨੇ, ਮਨਾਲੀ ਕਿੰਨੇ ਭਰਿਆ ਹੁੰਦਾ ਸਾਰਾ, ਅਤੇ ਉਵੇਂ ਦੀ ਸਫਾਰੀ ਪੰਜਾਬ 'ਚ ਬਣ ਸਕਦੀ ਹੈ। ਬਿਲਕੁਲ, ਤੁਹਾਡੇ ਕੋਲ ਲੈਪਰਡ ਹੈਗਾ। ਹਾਂਜੀ, ਤੁਹਾਨੂੰ ਮੈਂ ਜਲਾਣਾ ਦੀ ਐਗਜ਼ਾਮਪਲ ਦਿੱਤੀ, ਬੇੜਾ ਜਿਹੜਾ ਰਾਜਸਥਾਨ ਦੀ ਐਗਜ਼ਾਮਪਲ, ਉੱਥੇ ਲੈਪਰਡ ਹੀ ਆ। ਹਾਂਜੀ, ਲੋਕ ਦੇਖਣ ਆਉਂਦੇ ਨੇ ਉਹਨੂੰ, ਖੁੱਲ੍ਹੇ ਦਰਸ਼ਨ ਹੁੰਦੇ ਨੇ, ਹਾਂਜੀ, ਲੋਕ ਰਹਿੰਦੇ ਨੇ, ਪਹਾੜ ਸਾਡੇ ਕੋਲ ਇੱਥੇ ਹੈਗੇ ਨੇ, ਕੰਢੀ ਏਰੀਆ ਪੂਰਾ ਖਾਲੀ ਪਿਆ। ਸਰਕਾਰਾਂ ਨੂੰ ਚਾਹੀਦਾ ਕਿ ਉਹਨੂੰ ਕਾਰਪੋਰੇਟ ਦੇ ਹੱਥ ਜਾਣ ਤੋਂ ਰੋਕੋ। ਜਿਹੜੇ ਉੱਥੇ ਲੋਕਲ ਨੇ, ਗੁੱਜਰ ਨੇ, ਵਣ ਗੁੱਜਰ ਨੇ, ਉਹ ਕਈ ਸਾਲਾਂ ਤੋਂ ਉੱਥੇ ਰਹਿੰਦੇ, ਲੋਕ ਉੱਥੇ ਜ਼ਮੀਨਾਂ ਸਸਤੀਆਂ ਵੇਚ ਵੇਚ ਕੇ ਬਾਹਰ ਨੂੰ ਭੱਜੀ ਜਾ ਰਹੇ ਨੇ, ਜਵਾਕ ਪੜ੍ਹਾ ਰਹੇ ਨੇ, ਉਹ ਕਹਿੰਦੇ ਸਾਡਾ ਤਾਂ ਮਸਾਂ ਖੜਾ ਛੁੱਟਿਆ। ਜਦਕਿ ਉਹ ਜਗ੍ਹਾ ਸਾਡੇ ਲਈ, ਉੱਥੇ ਨੈਚੁਰਲ ਰਿਸੋਰਸਿਸ ਦੀ ਖਾਣ ਹੈ ਉਹ, ਜਦੋਂ ਕਾਰਪੋਰੇਟ ਵੜ ਗਿਆ ਉਹ ਖਰਾਬ ਕਰ ਦੂਗਾ। ਉਹ ਫੋਰੈਸਟ ਰੂਲ ਥੋੜ੍ਹੇ ਸਖਤ ਕਰਨ, ਉਹਨਾਂ ਏਰੀਆ ਨੂੰ ਨੈਚੁਰਲ ਜਿਹੜਾ ਪ੍ਰੋਟੈਕਟਡ ਏਰੀਆ ਹੁੰਦਾ ਫੋਰੈਸਟ ਡਿਪਾਰਟਮੈਂਟ ਦਾ, ਉਹਦੇ ਵਿੱਚ ਘੇਰਾਬੰਦੀ ਕਰੋ ਅਤੇ ਉੱਥੇ ਸਫਾਰੀਆਂ ਸ਼ੁਰੂ ਕਰੋ ਜੀ। ਅਤੇ ਜਿਹੜੇ ਲੋਕਲ ਤੁਹਾਡੇ ਜਵਾਕ ਬੈਠੇ ਨੇ ਵਿਹਲੇ, ਸਾਡੇ ਵਰਗੇ ਬੰਦੇ ਡਿਊਟੀ ਲਾਓ, ਅਸੀਂ ਤੁਹਾਡੇ ਬੱਚਿਆਂ ਨੂੰ ਸਿਖਾਉਂਦੇ ਹਾਂ। ਹਾਂਜੀ, ਅਤੇ ਜੋ ਵਾਈਲਡ ਲਾਈਫ ਦੇ ਲਈ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ, ਅਤੇ ਸਾਡੇ ਕੋਲ ਤਾਂ ਗੋਰੇ ਸਿੱਖਣ ਹੁੰਦੇ ਨੇ, ਬਾਹਰੋਂ ਦੁਨੀਆ ਭਰ ਦੇ ਲੋਕ ਸਿੱਖ ਕੇ ਜਾਂਦੇ ਨੇ ਇੰਡੀਆ ਦੇ ਵਿੱਚ। ਅੱਛਾ, ਵੀ ਇੰਡੀਆ ਇਸ ਟਾਈਮ ਕਿਉਂਕਿ ਵੱਡੀ ਹੋਟ ਸਪੋਟ ਹੈ, ਜਿੱਥੇ ਇੰਨੀ ਵੱਡੀ ਬੱਸੋਂ ਅਤੇ ਇੰਨੇ ਜ਼ਿਆਦਾ ਜੰਗਲੀ ਜਾਨਵਰ, ਅਸੀਂ ਦੁਨੀਆ ਦਾ 10ਵਾਂ, ਟੌਪ 10 ਜਿਹੜੇ ਕੰਟਰੀਜ਼ ਨੇ ਨਾ, ਜਿਹੜੇ ਅਮੀਰ ਕੰਟਰੀਆਂ ਨੇ, ਹਾਂਜੀ, ਨੈਚੁਰਲ ਸੰਸਾਧਨ ਵਾਲੀਆਂ, ਅਸੀਂ ਉਹਨਾਂ ਟੌਪ 10ਾਂ ਦੇ ਵਿੱਚੋਂ ਆਉਂਦੇ ਹਾਂ, ਟੌਪ 7 'ਚ ਹੀ ਆਉਂਦੇ ਹੋਵਾਂਗੇ। ਹਾਂਜੀ, ਅਸੀਂ ਅਮਰੀਕਾ ਕੈਨੇਡਾ ਨੂੰ ਟੱਕਰ ਦਿੰਦੇ ਹਾਂ ਉਹਦੇ ਵਿੱਚ, ਸਾਡੀ ਪਿੱਠ ਮਤਲਬ ਉਹਨਾਂ ਦੇ ਨਾਲ ਲੱਗਦੀ ਹੈ ਇਸ ਲਿਸਟ ਦੇ ਵਿੱਚ, ਅਤੇ ਜਦਕਿ ਆਬਾਦੀ ਸਾਡੀ ਸਾਰਿਆਂ ਨਾਲ ਜ਼ਿਆਦਾ ਆ, ਅਤੇ ਦੁਨੀਆ ਇਸ ਚੀਜ਼ ਨੂੰ ਦੇਖ ਕੇ ਅਚੰਭਿਤ ਹੁੰਦੀ ਹੈ ਕਿ ਤੁਸੀਂ ਕਿਵੇਂ ਇੰਨੀ ਵੱਡੀ ਆਬਾਦੀ ਅਤੇ ਇੰਨੀ ਜ਼ਿਆਦਾ ਬਾਇਓਡਾਇਵਰਸਿਟੀ ਨੂੰ ਤੁਸੀਂ ਇਕੱਠੇ ਕਿਵੇਂ ਰਹਿ ਰਹੇ ਹੋ। ਹਾਂਜੀ, ਠੀਕ ਹੈ, ਅਤੇ ਸਿਹਤ ਰਾਬਾ ਸਰੀ ਹੈ ਨਾ, ਅਤੇ ਉਹ ਸਾਡੀ ਨੈਚੁਰਲ ਇੱਕ ਉਹ ਲੋਕ ਕਰ ਰਹੇ ਨੇ, ਅਤੇ ਉਹ ਥੋੜ੍ਹੀ ਨੌਲੇਜ ਸਾਡੇ ਇੱਥੇ ਹੈਗੀ ਆ, ਮੈਂ ਸਿੱਖ ਕੇ ਆ ਗਿਆ ਸਾਰੇ ਪਾਸੋਂ, ਅਤੇ ਮੈਨੂੰ ਲੱਗਦਾ ਪੰਜਾਬ ਵਿੱਚ ਮਾਡਲ ਬਹੁਤ ਸਕਸੈਸਫੁਲ ਹੋਊਗਾ ਜੀ। ਅਤੇ ਇਹਦੇ ਨਾਲ ਸਾਡੇ ਜਿਹੜੇ ਹੋਰ ਵੀ ਸੰਸਾਧਨ ਨੇ ਨਾ, ਕੁਦਰਤੀ ਸੋਮੇ ਨੇ, ਹਾਂਜੀ, ਵੀ ਵੱਧ ਸਕਦੇ। ਬਿਲਕੁਲ ਜੀ, ਸੋ ਇਹ ਅਸੀਂ ਵੀ ਬੇਨਤੀ ਕਰਦੇ ਹਾਂ, ਜ਼ਰੂਰ ਇਹ ਕਿਸੇ ਤਰੀਕੇ ਜਿਹੜਾ ਇਹ ਆਈਡੀਆ ਸਰਕਾਰਾਂ ਤੱਕ ਪਹੁੰਚੇ। ਅਤੇ ਇੱਕ ਤਾਂ ਜਿਵੇਂ ਬਾਈ ਜੀ ਹੁਣਾਂ ਨੇ ਦੱਸਿਆ ਇਹਨਾਂ ਨੇ, ਵੀ ਇੱਕ ਤਾਂ ਰੈਵਨਿਊ ਵਧੂਗਾ ਪੰਜਾਬ ਦਾ, ਵੀ ਪੰਜਾਬ ਦਾ ਟੂਰਿਜ਼ਮ ਹੋਰ ਡਿਵੈਲਪ ਹੋਊਗਾ, ਔਰ ਇਹ
ਮਹਿੰਗਾ ਕਹਿੰਦਾ ਟੂਰਿਜ਼ਮ, ਉਹ ਵੀ ਦੱਸ ਚੁੱਕਿਆ ਵੀ ਉਹ ਰਾਜਸਥਾਨ ਦੇ ਵਿੱਚ 1,00,000 ਇੱਕ ਕਮਰੇ ਦਾ ਲਈ ਜਾਂਦੇ ਨੇ ਅਤੇ ਵੱਡੀਆਂ ਸੈਲੀਬ੍ਰਿਟੀਆਂ ਵੀ ਆਉਣਗੀਆਂ ਅਤੇ ਇਹਦੇ ਨਾਲ ਨਾਲ ਜਿਹੜੀ ਮਿਲਣ ਦਾ ਜੋਬਸ ਜਿਹੜੀਆਂ ਕ੍ਰੀਏਟ ਹੋਣਗੀਆਂ ਇੱਥੇ ਦੇ ਹੋਰ ਨੌਜਵਾਨਾਂ ਨੂੰ। ਬਿਲਕੁਲ, ਹੁਣ ਇੱਕ 'ਚ ਇੱਕ ਪੁਆਇੰਟ ਮੈਂ ਰਹਿ ਗਿਆ ਸੀ ਮੇਰਾ, ਹਾਂਜੀ, ਕਿ ਪੰਜਾਬ ਦੇ ਵਿੱਚ ਟੋਭੇ ਹੁਣ ਆਪਣੇ 12,700 ਕੁਛ ਪਿੰਡ ਹੈ, ਹਾਂਜੀ, ਅਤੇ ਹਰ ਪਿੰਡ 'ਤੇ ਦੂਜੇ ਤੀਜੇ ਪਿੰਡ 'ਚ ਕੋਈ ਨਾ ਕੋਈ ਟੋਭਾ ਹੁੰਦਾ। ਹਾਂਜੀ, ਸਰਦੀਆਂ ਦੇ ਵਿੱਚ ਜਦੋਂ ਮਾਈਗ੍ਰੇਟਰੀ ਬਰਡ ਆਉਂਦੇ ਨੇ ਨਾ, ਹਾਂਜੀ, ਜਿਹੜੇ ਪ੍ਰਵਾਸੀ ਪੰਛੀ ਆਉਂਦੇ ਨੇ, ਅਤੇ ਅਸੀਂ ਰਿਸਰਚ ਵਿੱਚ ਦੇਖਿਆ ਕਈ ਜਗ੍ਹਾ 'ਤੇ, ਕਾਂਜਲੀ ਇੱਕ ਜਗ੍ਹਾ ਹੈ ਸੰਗਰੂਰ ਦੇ ਕੋਲ, ਹਾਂਜੀ, ਜਿਹੜੇ ਪੰਛੀ ਨੇ ਬਗਲੇ ਟਾਈਪ ਦੇ, ਹਾਂਜੀ, ਇਹ ਪੂਰੀਆਂ ਇਸ 'ਚ 14 ਪ੍ਰਜਾਤੀਆਂ ਨੇ ਤਕਰੀਬਨ ਏਸ਼ੀਆ ਦੇ ਵਿੱਚ, ਹਾਂਜੀ, 13 ਸਾਡੇ ਪੰਜਾਬ 'ਚ ਆ ਕੇ ਸਰਦੀਆਂ 'ਚ ਬੈਠੀਆਂ ਹੁੰਦੀਆਂ ਨੇ। ਹਾਂਜੀ, ਮੇਰੇ ਕੋਲ ਕਈ ਵਾਰੀ ਗੋਰੇ ਆਏ ਨੇ ਮੇਰੇ ਦੋਸਤ ਫੇਸਬੁੱਕ 'ਤੇ ਦੇਖ ਕੇ ਫੋਟੋਆਂ ਕਿ ਅਸੀਂ ਤੁਹਾਡੇ ਕੋਲ ਚੱਲੀਏ, ਸਾਨੂੰ ਇਹ ਪੰਛੀ ਦੀ ਫੋਟੋ ਖਿਚਾਓ। ਅੱਛਾ ਜੀ, ਅਤੇ ਹੁਣ ਹਰ ਚੌਥਾ ਪੰਜਵਾਂ ਬੰਦਾ ਜਿਹੜਾ ਨਾ ਵਾਈਲਡ ਲਾਈਫ ਫੋਟੋਗ੍ਰਾਫੀ ਕਰਦਾ। ਹਾਂਜੀ, ਕਾਰਪੋਰੇਟ 'ਚ ਵੀ ਇੱਕ ਟ੍ਰੈਂਡ ਹੈ, ਫੈਸ਼ਨ ਆ, ਅਤੇ ਲੋਕ ਚਾਹੁੰਦੇ ਨੇ ਕਿ ਅਸੀਂ ਕੈਮਰਾ ਲਈਏ ਅਤੇ ਫਿਰ ਜਾ ਕੇ ਅਸੀਂ ਵਧੀਆ ਵਧੀਆ ਪੰਛੀਆਂ ਦੀ ਫੋਟੋ ਖਿੱਚੀਏ। ਤੁਸੀਂ ਜਿੰਨੇ ਮਰਜ਼ੀ ਵੱਡੇ ਹੋਟਲ ਚਲ ਜਾਓ, ਉੱਥੇ ਤੁਹਾਨੂੰ ਇੱਕ ਵਾਈਲਡ ਲਾਈਫ ਮੈਗਜ਼ੀਨ ਮਿਲੂਗਾ। ਬਿਲਕੁਲ, ਔਰ ਉਹਦੇ ਵਿੱਚ ਤਕਰੀਬਨ ਜਿੱਥੇ ਮਰਜ਼ੀ ਚਲ ਜਾਓ। ਬਿਲਕੁਲ, ਅਤੇ ਉਹ ਜਦੋਂ ਇਹ ਫੋਟੋਗ੍ਰਾਫੀ ਹੈਗੀ ਆ, ਇਹ ਵਾਈਲਡ ਲਾਈਫ ਫੋਟੋਗ੍ਰਾਫੀ ਆਪਣੇ ਆਪ 'ਚ ਕੀਤਾ। ਹਾਂਜੀ, ਇਹਦਾ ਨੇਚਰ ਗਾਈਡ ਬਣਨਾ ਆਪਣੇ ਆਪ 'ਚ ਕੀਤਾ। ਹਾਂਜੀ, ਅਤੇ ਤੁਹਾਡੇ ਪਿੰਡਾਂ ਦੇ ਕਿਸੇ 4-5 ਕਲਸਟਰ ਦੇ ਟੋਭਿਆਂ ਨੂੰ ਤੁਸੀਂ ਮਜ਼ਬੂਤ ਕਰੋ, ਉਹ ਤੁਹਾਡੇ ਵਾਈਲਡ ਲਾਈਫ ਬਾਇਓਡਾਇਵਰਸਿਟੀ ਸਪੋਟ ਬਣ ਜਾਣ। ਹਾਂਜੀ, ਉੱਥੇ ਜਦੋਂ ਸਰਦੀਆਂ ਦੇ ਵਿੱਚ ਪ੍ਰਵਾਸੀ ਪੰਛੀ ਆਉਂਦੇ ਨੇ, ਹਾਂਜੀ, ਅਤੇ ਤੁਹਾਡੇ ਜਿਹੜੇ ਉੱਥੋਂ ਦੇ ਲੋਕਲ ਜਵਾਕ ਨੇ, ਹਾਂਜੀ, ਉਹਨਾਂ ਨੂੰ ਕੇਟਰ ਕਰਨ, ਉਹਨਾਂ ਨੂੰ ਘੁਮਾਉਣ, ਇਹਦੇ 'ਚ ਜ਼ਰੂਰੀ ਕਿ ਤੁਸੀਂ ਗੋਰੇ ਕਰਨੇ ਆ। ਇੱਥੇ ਸ਼ਹਿਰਾਂ ਦੇ ਵਿੱਚ ਬਹੁਤ ਟੂਰਿਜ਼ਮ ਆ ਜਿਹੜਾ ਚਾਹੁੰਦਾ ਕਿ ਅਸੀਂ ਬਸ ਗੱਡੀ ਡਰਾਈਵ ਕਰੀਏ ਅਤੇ ਪਹੁੰਚ ਜਾਈਏ, ਸਾਨੂੰ ਸਵੇਰ ਦਾ ਕੋਈ ਖਾਣਾ ਚਾਹ ਪਿਲਾ ਦੇਵੇ, ਦੁਪਹਿਰ ਦਾ ਰੋਟੀ ਖਵਾ ਦੇਵੇ, ਸ਼ਾਮ ਨੂੰ ਰਹਿਣ ਨੂੰ ਕਿਤੇ ਬੇਸਿਕ ਜਿਹੀ ਜਗ੍ਹਾ ਹੋਵੇ, ਅਤੇ ਸਾਡੇ ਲੋਕ ਪਿੰਡਾਂ 'ਤੇ ਸਾਡੇ ਕੋਲ ਟ੍ਰੈਡੀਸ਼ਨਲੀ ਬੜੇ ਵਧੀਆ ਹਵੇਲੀਆਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਘਰ ਨੇ, ਉਹ ਸਾਰੀਆਂ ਕਨਵਰਟ ਹੋ ਕੇ ਇਸ ਪਾਸੇ ਨੂੰ ਈਕੋ ਟੂਰਿਜ਼ਮ ਦਾ ਇੱਕ ਵਧੀਆ ਮਾਡਲ ਡਿਵੈਲਪ ਹੋ ਸਕਦਾ। ਤੁਸੀਂ ਬਾਹਰ ਜਿੱਥੇ ਵੀ ਚੱਲ ਜਾਓ, ਉੱਥੇ ਉਹਨਾਂ ਨੇ ਕਿਹੜਾ ਉਹ ਆਪਣੇ ਆਪ ਬਣਾਇਆ, ਜੋ ਬਣਿਆ ਹੈ ਉਸੇ ਤਰੀ ਉਹਨੂੰ ਬਸ ਯੂਟੀਲਾਈਜ਼ ਕਰ ਰਹੇ, ਯੂਟੀਲਾਈਜ਼ ਕਰਦੇ ਬਿਲਕੁਲ। ਹਾਂਜੀ, ਅਤੇ ਸਾਡੇ ਕੋਲ ਨਾ ਤਾਂ ਖਾਣੇ ਦੀ ਕਮੀ ਹੈ, ਹਾਂਜੀ, ਨਾ ਸਾਡੇ 'ਚ ਕੋਈ ਮਹਿਮਾਨ ਨਵਾਜ਼ੀ ਦੀ ਕਮੀ ਹੈ, ਅਸੀਂ ਵਧੀਆ ਸਾਫ਼ ਸੁਥਰੇ ਲੋਕ ਹਾਂ ਪੰਜਾਬੀ, ਸਾਡਾ ਖਾਣਾ ਮਸ਼ਹੂਰ ਹੈ, ਸਾਡਾ ਰਹਿਣਾ ਪੈਣਾ ਮਸ਼ਹੂਰ ਹੈ, ਅਤੇ ਲੋਕਾਂ ਨੂੰ ਆਉਣ ਦਿਓ ਸਾਡੇ ਕੋਲ, ਨਾਲੇ ਸਾਡੇ ਜਾਨਵਰ ਦੇਖਣ, ਨਾਲੇ ਸਾਡਾ ਥੋੜ੍ਹਾ ਜਿਹਾ ਸਾਡੀ ਇਮੇਜ ਬਿਲਡਿੰਗ ਵੀ ਹੋਊਗੀ ਇਸ ਕੰਮ। ਅੱਛਾ, ਥੋੜ੍ਹੀ ਮਾਡਲ ਦੀ ਗੱਲ ਤਾਂ ਹੋ ਗਈ ਤੁਹਾਡੇ ਦੀ, ਜੀ, ਥੋੜ੍ਹਾ ਜਿਹਾ ਜਿਵੇਂ ਤੁਹਾਡਾ ਮੈਨੂੰ ਸੁਣ 'ਚ ਜਿੱਦਾਂ ਮੈਂ ਦੱਸਿਆ, ਮੈਨੂੰ ਹਰਮਨ ਐਕਸਪਲੇਨ ਕਰ ਰਿਹਾ ਸੀਗਾ, ਮੈਨੂੰ ਬੜਾ ਔਖਾ ਲੱਗਾ, ਮੈਂ ਉਹਨੂੰ ਦੱਸ ਰਿਹਾ ਸੀ, ਮੈਂ ਕਿਹਾ ਇਹ ਕਹਿੰਦੇ ਵੀ ਉਹ ਬਾਈ ਹੋਣੀ ਨਾ ਗਲਾਂ 'ਚ ਟਰੈਕਰ ਪਾਉਂਦੇ ਨੇ, ਉਹਨਾਂ ਦੇ ਜਿਹੜੇ ਆਦਮਖੋਰ ਜਾਨਵਰ ਬਣ ਜਾਂਦੇ ਨੇ ਜਾਂ ਉਹਨੂੰ ਟਰੈਕ ਕਰ ਦਿੰਦੇ, ਮਤਲਬ ਕਿ ਉਹ ਤੁਸੀਂ ਦੱਸ ਦਿਓ ਆਦਮਖੋਰ ਜਾਂ ਕਿਵੇਂ ਹੁੰਦੇ ਆ। ਪਰ ਮੈਂ ਕਿਹਾ ਵੀ ਉਹ ਆਪਣੇ ਕਹਾਵਤ ਹੁੰਦੀ ਸੀ ਵੀ ਹੁਣ ਵੀ ਗਲ 'ਚ ਘੰਟੀ ਕੌਣ ਬੰਨੇ, ਟੱਲੀ ਵੀ ਉਹ ਟੱਲੀ ਬੰਨਣ ਵਾਲਾ ਕੰਮ ਕਰਦੇ ਨੇ ਇਹ, ਸੋ ਉਹ ਦੱਸਿਓ ਵੀ ਉਹਦੇ ਵਿੱਚ ਕੀ ਹੁੰਦਾ ਅਸਲ ਦੇ ਵਿੱਚ। ਮੈਂ ਜਿਹੜਾ ਮੇਰਾ ਕੰਮ ਹੈ ਜੀ, ਉਹਦੇ ਵਿੱਚ ਅਸੀਂ ਨਾ ਇੱਕ ਸੈਟੇਲਾਈਟ ਟੈਲੀਮੀਟਰੀ ਕਹਿੰਦੇ ਹਾਂ ਇਹਨੂੰ, ਹਾਂਜੀ, ਅਤੇ ਜਿਹੜਾ ਰੇਡੀਓ ਕਾਲਰ ਜਾਂ ਸੈਟੇਲਾਈਟ ਟੈਲੀਮੀਟਰੀ, ਰੇਡੀਓ ਕਾਲਰ ਜੀ, ਰੇਡੀਓ ਮਤਲਬ ਜਿਹੜਾ ਦੂਰੋਂ ਕੰਮ ਕਰੇ, ਅਤੇ ਕਾਲਰ ਮਤਲਬ ਜਿਹੜਾ ਗਲ 'ਚ ਪਾਇਆ ਜਿਵੇਂ ਆਪਣੇ ਸ਼ਰਟ ਦਾ ਕਾਲਰ ਆ, ਹਾਂਜੀ, ਅਤੇ ਉਹ ਇੱਕ ਕਸਟਮਾਈਜ਼ ਸਾਡੇ ਕੋਲ ਹਰ ਇੱਕ ਜਾਨਵਰ ਦੇ ਸਾਈਜ਼ ਦੇ ਹਿਸਾਬ ਨਾਲ ਆਉਂਦਾ, ਅਤੇ ਮੇਰਾ ਕੰਮ ਜਿਹੜਾ ਉਹ ਸ਼ੇਰਾਂ ਨੂੰ ਪਾਉਣਾ ਹੈ ਕੰਮ, ਅਤੇ ਉਹ ਆਪਣੇ ਫਰੀ ਜ਼ਿੰਦਗੀ ਦੇ ਵਿੱਚ ਕਿਵੇਂ ਵਿਚਰਦੇ ਨੇ ਇਹ ਸਟੱਡੀ ਕਰਨਾ, ਕਿਉਂਕਿ ਸਾਡੇ ਕੋਲ ਹਾਲੇ ਸਾਨੂੰ ਜਾਨਵਰਾਂ ਬਾਰੇ ਬਹੁਤਾ ਨੌਲੇਜ ਨਹੀਂ ਹੈ, ਪਤਾ ਹੀ ਨਹੀਂ ਹੈ, ਰਿਸਰਚ ਚੱਲੀ ਜਾਂਦੀ ਹੈ ਕੀ ਹੋ ਰਿਹਾ, ਅਤੇ ਦੁਨੀਆਂ ਦੇ ਉੱਤੇ ਜਿਹੜੇ ਟਾਈਗਰ ਨੇ ਉਹ ਖਤਰੇ ਦੇ ਵਿੱਚ ਨੇ, ਹੋਰ ਜੰਗਲੀ ਜਾਨਵਰ ਉਹ ਖਤਰੇ ਦੇ ਵਿੱਚ ਨੇ, ਮੁੱਕਣ ਦੀ ਕਗਾਰ 'ਤੇ ਨੇ, ਵਿਲੁਪਤ ਹੋਣ ਦੀ ਕਗਾਰ 'ਤੇ ਨੇ, ਅਤੇ ਸਰਕਾਰਾਂ ਜਾਂ ਹੋਰ ਰਿਸਰਚ ਚਾਹੁੰਦੇ ਨੇ ਕਿ ਇਹਦੇ ਉੱਪਰ ਬਹੁਤ ਜ਼ਿਆਦਾ ਰਿਸਰਚ ਕੀਤੀ ਜਾ ਸਕੇ, ਇਹਨਾਂ ਨੂੰ ਕਿਵੇਂ ਬਚਾਉਣਾ, ਕਿਵੇਂ ਪ੍ਰਿਜ਼ਰਵ ਕਰਨਾ, ਇਹਨਾਂ ਦੀ ਹੈਬੀਟੈਟ ਬਾਰੇ ਪਤਾ ਚੱਲੇ, ਤਾਂ ਕਿ ਜੇ ਕੱਲ੍ਹ ਨੂੰ ਇਹਨਾਂ ਨੂੰ ਬਚਾਉਣਾ ਪਿਆ, ਜੇ ਥੋੜ੍ਹੇ ਰਹਿ ਗਏ, ਰਹਿ ਹੀ ਗਏ ਥੋੜ੍ਹੇ ਨੇ, ਅਤੇ ਇਹਨਾਂ ਨੂੰ ਕਿਵੇਂ ਬਚਾਇਆ ਜਾਵੇ, ਇਹਨਾਂ ਦਾ ਘਰ ਦਰ ਕਿਵੇਂ ਪੂਰਾ ਕਰੀ, ਅਤੇ ਉਹਦੀ ਰਿਸਰਚ ਲਈ ਫਿਰ ਮੈਂ ਰੇਡੀਓ ਕਾਲਰ ਜਿਹੜੇ ਪਾਉਂਦੇ ਨੇ ਉਹਨਾਂ ਦੀ ਟੀਮ, ਉਹਦਾ ਉਹਨਾਂ ਵਿੱਚੋਂ ਇੱਕ ਹੈ, ਅਤੇ ਅਸੀਂ ਜੰਗਲੀ ਜਾਨਵਰ ਨੂੰ ਜੰਗਲ ਦੇ ਵਿੱਚ ਫੜੀਦਾ, ਹਾਂਜੀ, ਉਹਦੀ ਨੈਚੁਰਲ ਹੈਬੀਟੈਟ ਦੇ ਵਿੱਚ, ਸਾਰਿਆਂ ਨੂੰ ਨਹੀਂ, ਕੋਈ ਇੱਕ ਅੱਧਾ ਚੂਜ਼ ਕਰ ਲਈਦਾ, ਅਤੇ ਉਹਨੂੰ ਫੜ ਕੇ ਉਹਦੇ ਕਾਲਰ ਪਾਉਂਦੇ ਹਾਂ ਅਸੀਂ ਗਲ 'ਚ, ਉਹਨੂੰ ਬੇਹੋਸ਼ ਕਰਕੇ,
ਉਸ ਤੋਂ ਬਾਅਦ ਉਹਨੂੰ ਰਿਲੀਜ਼ ਕਰ ਦਿੰਦੇ ਉਹਦੇ ਜਿੱਥੇ ਘਰ 'ਚ ਫੜਿਆ ਹੁੰਦਾ, ਜਿਸ ਜੰਗਲ 'ਚ ਫੜਿਆ, ਨੈਸ਼ਨਲ ਪਾਰਕਾਂ 'ਚ ਹੁੰਦਾ ਨੋਰਮਲੀ, ਅਤੇ ਫਿਰ ਉਹ ਜਦੋਂ ਘੁੰਮਦਾ ਫਿਰ ਸਾਨੂੰ ਡੇਟਾ ਪਤਾ ਚੱਲਦਾ ਕਿ ਉਹ ਟਰਾਂਸਮਿਟਰ ਜਿਹੜਾ ਗਲ 'ਚ ਪਾਇਆ ਉਹ ਸਾਨੂੰ ਉਹਦੀ GPS ਲੋਕੇਸ਼ਨ ਦਿੰਦਾ, ਹਾਂਜੀ, ਉਹਦੇ ਸਰੀਰ ਦਾ ਟੈਂਪਰੇਚਰ ਦਿੰਦਾ, ਉਹਦੇ ਬਾਹਰ ਕਿੰਨੀ ਹਿਊਮਿਡਿਟੀ ਅਤੇ ਕਿੰਨਾ ਟੈਂਪਰੇਚਰ ਹੈ ਉਹ ਦਿੰਦਾ, ਸਾਨੂੰ ਫਿਰ ਇਹ ਪਤਾ ਲੱਗਦਾ ਕਿ ਇਹ ਜਾਨਵਰ ਕਿਸ ਤਰ੍ਹਾਂ ਦੇ ਮੌਸਮ ਦੇ ਵਿੱਚ ਕਿਸ ਤਰ੍ਹਾਂ ਦੀ ਹੈਬੀਟੈਟ ਨੂੰ ਪ੍ਰੈਫਰ ਕਰਦਾ। ਜਿਵੇਂ ਹੁਣ ਕੋਈ ਜਾਨਵਰ ਹੈ ਉਹ ਇਸ ਟਾਈਮ ਧੁੱਪ ਹੈ, ਛਾਵੇਂ ਬੈਠ ਰਿਹਾ, ਪਾਣੀ 'ਚ ਬੈਠ ਰਿਹਾ, ਪਾਣੀ ਤੋਂ ਦੂਰ ਬੈਠ ਰਿਹਾ, ਜੇ ਮੇਟ ਕਿਵੇਂ ਕਰ ਰਿਹਾ, ਉਹ ਕਿਸੇ ਨਾਲ ਜਾ ਕੇ ਪ੍ਰਜਨਨ ਕਰ ਰਿਹਾ, ਅਤੇ ਉਹਦਾ ਪ੍ਰੋਸੈਸ ਕਿਵੇਂ ਆ, ਉਹ ਕੋਈ ਸ਼ਿਕਾਰ ਕਿਵੇਂ ਦਾ ਕਰਦਾ, ਉਹਦੀ ਮੂਵਮੈਂਟ ਕਿੰਨੀ ਆ, ਦਿਨੇ ਕਿੰਨਾ ਚੱਲ ਰਿਹਾ, ਰਾਤ ਨੂੰ ਕਿੰਨਾ ਚੱਲ ਰਿਹਾ, ਹੋਮ ਰੇਂਜ ਹੁੰਦੀ ਹੈ, ਜਿਵੇਂ ਉਹਦੀ ਇੱਕ ਰਿਆਸਤ ਹੁੰਦੀ ਹੈ, ਕਹਿ ਲਓ ਟੈਰੀਟਰੀ, ਉਹਦੇ ਵਿੱਚ ਉਹ ਕਿੰਨਾ ਘੁੰਮ ਰਿਹਾ, ਕਿੰਨੀ ਵੱਡੀ ਟੈਰੀਟਰੀ ਉਹਦੀ ਹੈਗੀ ਆ, ਉਹ ਕਿੰਨੇ ਏਰੀਏ ਨੂੰ ਵੱਲ ਕੇ ਘੁੰਮਦਾ, ਅਤੇ ਇੱਕ ਮੇਲ ਆ ਤਾਂ ਉਹ ਕਿੰਨੇ ਫੀਮੇਲ ਨਾਲ ਉਹਦੇ ਸੰਬੰਧ ਨੇ, ਜਾਂ ਉਹਦੇ ਨਾਲ ਉਹਨਾਂ ਤੋਂ ਬੱਚੇ ਹੋ ਰਹੇ ਨੇ, ਅਤੇ ਉਹ ਕਿਸ ਤਰ੍ਹਾਂ ਦਾ ਸਿਸਟਮ ਹੈ, ਇਹ ਸਾਰਾ ਕੁਛ ਉਹਨਾਂ ਦਾ ਜਿਹੜਾ ਇਕੋਲੋਜੀ ਜਿਹੜੀ ਹੈ ਨਾ, ਉਹ ਤੰਤਰ ਨੂੰ ਜਾਣਨ ਲਈ ਅਸੀਂ ਰੇਡੀਓ ਕਾਲਿੰਗ ਕਰਦੇ ਹਾਂ। ਅੱਛਾ, ਇਹ ਪੂਰੀ ਦੁਨੀਆ 'ਚ ਹੁੰਦੀ ਹੈ, ਅਤੇ ਇਹਦੇ ਇਹ ਬਹੁਤ ਘੱਟ ਲੋਕ ਨੇ ਜਿਹੜੇ ਇਸ ਪਾਸੇ ਨੂੰ ਇਸ ਲੈਵਲ ਦੀ ਕਰਦੇ ਆ। ਅਤੇ ਬਾਈ ਜਿਹੜਾ ਮੇਰਾ ਹੁਣ ਅਸੀਂ ਰੀਸੈਂਟ ਪ੍ਰੋਜੈਕਟ ਮੈਂ ਖਤਮ ਕਰਕੇ ਆਇਆ ਉੱਤਰਾਖੰਡ 'ਚ, ਅਤੇ ਉਹ ਸਾਡਾ ਸੀਗਾ ਲੈਪਰਡਸ ਦੇ ਉੱਪਰ, ਹਾਂਜੀ, ਤੇਂਦੂਏ ਦੇ ਉੱਪਰ, ਆਦਮਖੋਰ ਤੇਂਦੂਏ 'ਤੇ, ਅਤੇ ਇੱਕ ਜਿਮ ਕਾਰਬੇਟ ਜਿਹੜਾ ਸ਼ਿਕਾਰੀ ਆ ਉਹ ਤਕਰੀਬਨ 1930 ਦੇ ਦਹਾਕੇ 'ਤੇ ਲੱਗ ਛਾਗੇ ਉੱਥੇ ਐਕਟਿਵ ਸੀ, ਉਦੋਂ ਉੱਥੇ ਲੱਕੜੀ ਦਾ ਕਟਾਣ ਹੁੰਦਾ ਸੀਗਾ, World War I ਹੋਈ ਆ, 2 ਹੋਈ ਆ, ਅਤੇ ਉਦੋਂ ਮਜ਼ਦੂਰ ਉੱਥੇ ਬਹੁਤ ਹੁੰਦੇ ਸੀਗੇ, ਲੱਕੜੀ ਦਾ ਕਟਾਣ ਹੁੰਦਾ ਸੀ, ਫਿਰ ਉਹ ਨਹਿਰਾਂ ਸੁੱਟਦੇ ਸੀ ਉਹਨਾਂ ਨੂੰ, ਉੱਤਰਾਖੰਡ ਦੇ ਜੰਗਲਾਂ ਦੀ ਲੱਕੜ ਜਿਹੜੀ ਆ ਉਹਨਾਂ ਨੇ World War I ਅਤੇ II ਸਪੋਰਟ ਕੀਤੀ ਹੈ। ਅੱਛਾ ਜੀ, ਸਾਡੇ ਇੱਥੋਂ ਬਹੁਤ ਮਤਲਬ ਸਰਮਾਇਆ ਗਿਆ, ਅਤੇ ਉਦੋਂ ਤੋਂ ਲੈ ਕੇ ਸਮੱਸਿਆ ਚੱਲੀ ਆਈ, ਜਦੋਂ ਜੰਗਲ ਵੱਢਦੇ ਸੀਗੇ ਅਤੇ ਜੰਗਲੀ ਜਾਨਵਰ ਜਿਹੜੇ ਆ ਉਹਨਾਂ ਦਾ ਫਿਰ ਘਰ ਖਤਮ ਹੋ ਜਾਂਦਾ ਸੀ, ਅਤੇ ਫਿਰ ਲੋਕਾਂ ਨੂੰ ਮਾਰਨ ਲਈ ਤੁਰਦੇ ਸੀ ਜਾਨਵਰ, ਅਤੇ ਉਹ ਸੈਂਕੜੇ ਦੀ ਗਿਣਤੀ ਦੇ ਵਿੱਚ ਮਜ਼ਦੂਰ ਮਰ ਜਾਂਦੇ ਸੀ ਜਾਨਵਰ ਹੱਥੋਂ, ਸ਼ੇਰ ਅਤੇ ਤੇਂਦੂਏ ਹੱਥੋਂ, ਅਤੇ ਉਹ ਸ਼ਿਕਾਰੀ ਫਿਰ ਡਿਊਟੀ ਲਾਉਂਦੇ ਸੀ ਕਿ ਕਿਵੇਂ ਹੰਟ ਕਰਨੇ ਇਹਨਾਂ ਨੂੰ, ਅਤੇ ਉਹ ਆਪਣੀ ਗੌਰਵ ਗਾਥਾ ਬਣਾ ਕੇ ਨਾ ਕਥਾ ਜੀ ਅਸੀਂ ਵੀ ਸ਼ੇਰ ਕਿਵੇਂ ਮਾਰਿਆ ਕਿਵੇਂ ਕੀਤਾ, ਉਹ ਬੜੇ ਆਪਦਿਆਂ ਨੂੰ ਮਤਲਬ ਐਂ ਦਿਖਾਉਂਦੇ ਰਹੇ ਕਿ ਅਸੀਂ ਪਤਾ ਨਹੀਂ ਕਿੱਡਾ ਪੁੰਨ ਦਾ ਕੰਮ ਕੀਤਾ। ਹਾਂਜੀ, ਅਤੇ ਮੇਰਾ ਜਿਹੜਾ ਪ੍ਰੋਜੈਕਟ ਸੀਗਾ ਉਹ ਉਸੇ ਏਰੀਆ ਦੇ ਵਿੱਚ ਹੈ, ਅਤੇ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ ਨਾ ਇਹ ਸਮੱਸਿਆ ਅੱਜ ਵੀ ਉਵੇਂ ਦੀ ਉਵੇਂ ਹੀ ਹੈ ਉੱਥੇ, ਹੁਣ ਕਿਉਂਕਿ ਲੋਕ ਘੱਟ ਨੇ ਇੰਨੇ ਜ਼ਿਆਦਾ, ਪਹਿਲੇ ਵਾਂਗੂ ਨਹੀਂ ਹੈ, ਜੰਗਲ ਨਹੀਂ ਵੱਢੇ ਜਾਂਦੇ, ਅਤੇ ਜਿਹੜੇ ਬਜ਼ੁਰਗ ਨੇ ਪਿੰਡਾਂ 'ਚ, ਬਜ਼ੁਰਗ ਅਤੇ ਬੱਚੇ ਨੇ, ਬਾਕੀ ਲੋਕ ਸਾਡੇ ਇੱਧਰ ਕੰਮਾਂ ਕੁੰਮਾਂ 'ਤੇ ਆਏ ਨੇ, ਤੁਸੀਂ ਦੇਖੋ ਢਾਬਿਆਂ ਹੋਟਲਾਂ 'ਤੇ ਬਹੁਤ, ਉੱਤਰਾਖੰਡ ਦੇ ਲੋਕ ਗੜਵਾਲੀ ਕਮਾਉਣੀ ਲੋਕ ਬਹੁਤ ਕੰਮ ਕਰਦੇ ਆ, ਅਤੇ ਪਿੱਛੇ ਉਹਨਾਂ ਦੇ ਮਾਂ ਬਾਪ ਅਤੇ ਬੱਚੇ ਇਹਨਾਂ ਜਾਨਵਰਾਂ ਦਾ ਸ਼ਿਕਾਰ ਹੋ ਜਾਂਦੇ ਨੇ, ਅਤੇ ਫਿਰ ਮੈਂ ਇਸ ਸਮੱਸਿਆ 'ਤੇ, ਕਿਉਂਕਿ ਮੈਂ ਪੜ੍ਹਿਆ ਉੱਥੇ, ਮੇਰੀ MSc ਉੱਥੋਂ ਆ, ਅਤੇ ਅਸੀਂ ਇੱਕ ਪ੍ਰੋਜੈਕਟ 8 ਸਾਲ ਲੱਗੇ ਸਾਨੂੰ ਗੌਰਮੈਂਟ ਨੂੰ ਕਹਿ ਕੇ ਲਾਂਚ ਕਰਨ 'ਚ, ਫਿਰ ਕੋਵਿਡ ਜਦੋਂ ਪੂਰੇ ਪੀਕ 'ਤੇ ਸੀਗਾ ਅਸੀਂ ਫਿਰ ਉਹ ਪ੍ਰੋਜੈਕਟ ਉਦੋਂ ਲਾਂਚ ਕੀਤਾ। ਅੱਛਾ ਜੀ, ਅਤੇ 2020 ਦੇ ਵਿੱਚ ਅਸੀਂ ਕੀਤਾ, ਅਤੇ ਅਸੀਂ ਦੁਨੀਆ ਦਾ ਪਹਿਲਾ ਕਹਿ ਲਓ ਕਿ ਜਿਹੜਾ ਕਨਫਰਮਡ ਮੈਨ ਈਟਰ ਲੈਪਰਡ ਨਾ ਅਸੀਂ ਕਾਲਰ ਕੀਤਾ, ਉਹਨੇ 2 ਬੱਚੇ ਮਾਰੇ ਸੀ, ਅਸੀਂ ਉਹਨੂੰ ਰੇਡੀਓ ਕਾਲਰ ਪਾਇਆ, ਫਿਰ ਰਿਜ਼ਲਟ ਦੇਖੇ ਕਿ ਉਹ ਕੀ ਹੁੰਦਾ ਕੀ ਕਰਦੇ ਆ, ਕਾਰਨ ਕੀ ਆ ਉਹ ਸਮੱਸਿਆ ਦਾ, ਉਹ ਕਿਉਂ ਲੈਪਰਡ ਆਦਮਖੋਰ ਹੋ ਰਹੇ ਨੇ ਉੱਥੇ, ਕਿਉਂਕਿ ਬੰਦੇ ਹੈ ਨਹੀਂ ਇੰਨੇ, ਸ਼ਿਕਾਰ ਹੋਰ ਵੀ ਹੋਊਗਾ, ਅਤੇ ਸਾਨੂੰ ਕਈ ਤਰ੍ਹਾਂ ਦੀਆਂ ਉੱਥੇ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ, ਜਿਵੇਂ ਉੱਥੇ ਟਾਈਗਰ ਵੀ ਹੈਗਾ ਇੰਨੀ ਉਚਾਈ ਦੇ ਉੱਪਰ, ਸਨੋ ਲੈਪਰਡ ਦੇ ਨਾਲ ਟਾਈਗਰ ਬੈਠਾ ਹੈ, ਹਿਮਾਚਲ ਹਿਮਾਲਿਆ ਮਤਲਬ ਵਰਜਿਨ ਮਾਊਂਟੇਨ ਨੇ ਉਹ, ਉੱਥੇ ਇੰਨਾ ਕੁਛ ਹੈ, ਮੈਨੂੰ 2 ਨਵੇਂ ਸੱਪ ਦੀਆਂ ਸਪੀਸ਼ੀ ਮਿਲੀਆਂ ਨੇ ਉੱਥੇ ਕੰਮ ਕਰਦੇ ਹੋਏ 10 ਸਾਲਾਂ ਦੇ ਵਿੱਚ, ਅਤੇ 2 ਸਭ ਨਵੇਂ ਹੀ ਨੇ ਉਹ, ਹਾਲੇ ਤੱਕ ਕਿਤੇ ਆਈਡੈਂਟੀਫਾਈ ਨਹੀਂ ਉਹ, ਅਤੇ ਚੱਲੀ ਆ ਰਿਹਾ ਕੰਮ ਉਹਨਾਂ 'ਤੇ, ਮਤਲਬ ਕਿਤੇ ਰਿਕਾਰਡ ਹੈ, ਰਿਕਾਰਡ ਹੈ ਉਹਨਾਂ ਦਾ। ਅੱਛਾ, ਅਤੇ ਇੱਕ ਸੱਪ ਤਾਂ ਪਾਕਿਸਤਾਨ 'ਚ ਮੰਨਿਆ ਜਾਂਦਾ ਕਿ ਉੱਥੇ ਹੀ ਮਿਲਦਾ, ਹੋਰ ਕਿਤੇ ਨਹੀਂ, ਉਹ ਸਾਨੂੰ ਇੱਧਰ ਹੀ ਮਿਲ ਗਿਆ ਹਿਮਾਲਿਆ ਦੇ ਵਿੱਚ। ਅੱਛਾ, ਅਤੇ ਉਸ ਤੋਂ ਇਲਾਵਾ ਉੱਥੇ ਹੋਰ ਕਈ ਜਾਨਵਰ ਨੇ, ਜਿਵੇਂ ਤੁਹਾਨੂੰ ਸ਼ੇਰ ਬਾਰੇ, ਲੈਪਰਡ, ਟਾਈਗਰ ਬਾਰੇ ਦੱਸਿਆ ਕਿ ਟਾਈਗਰ ਉੱਥੇ 3500 ਮੀਟਰ ਦੀ ਉਚਾਈ 'ਤੇ ਹੈ ਜਿੱਥੇ ਸਨੋ ਲੈਪਰਡ ਹੁੰਦਾ। ਸਾਡੇ ਇੱਥੇ ਇੱਦਾਂ ਨਹੀਂ ਮੰਨਿਆ ਜਾਂਦਾ, ਕਹਿੰਦੇ ਨੈਨੀਤਾਲ ਤੋਂ ਉੱਪਰ ਟਾਈਗਰ ਨਹੀਂ ਹੁੰਦਾ, 1000 ਮੀਟਰ ਤੋਂ ਉੱਪਰ ਟਾਈਗਰ ਨਹੀਂ ਜਾਂਦਾ, ਪਰ ਸਾਨੂੰ 3500 ਮੀਟਰ 'ਤੇ ਮਿਲਿਆ। ਸੋ ਇਹ
ਵਿਲੱਖਣਤਾ ਜਿਹੜੀ ਉੱਥੇ ਨਾ ਜਿਹੜੀ ਹਿਮਾਚਲ ਹਿਮਾਲਿਆ ਦੇ ਵਿੱਚ ਲੁਕੀ ਬੈਠੀ ਹੈ, ਮੈਂ ਉਹ ਐਕਸਪਲੋਰ ਕਰਦਾ ਰਿਹਾ ਪਿਛਲੇ 10-12 ਸਾਲ ਤੋਂ। ਅੱਛਾ ਜੀ। ਅਤੇ ਮੇਨ ਕੰਮ ਮੇਰਾ ਜ਼ਿਆਦਾ ਉਹ ਸੀਗਾ। ਫਿਰ ਉੱਥੋਂ ਇੱਕ ਮੈਂ ਕਿਤਾਬ ਜਿਹੜੀ ਆ ਆਪਣੀ, ਮੈਂ PhD ਕਈ ਛੱਡੀਆਂ ਕਈ ਜਗ੍ਹਾ 'ਤੇ ਕਿਉਂਕਿ ਸਮਝ ਨਹੀਂ ਆਇਆ ਵੀ ਕਿਵੇਂ ਮਨ ਮਰਜ਼ੀ ਦੀ ਹੋ ਨਹੀਂ ਪਾ ਰਹੀ। ਅਤੇ ਫਿਰ ਮੈਂ ਇੱਕ ਹੁਣ ਇੱਕ ਕਿਤਾਬ ਲਿਖੀ ਆਪਦੀ ਪੂਰੀ ਜਰਨੀ ਦੇ ਉੱਪਰ। ਅੱਛਾ। ਅਤੇ ਉਹ ਕਿਤਾਬ ਉਹਦੇ 'ਚ ਇਹ ਆ ਕਿ ਜਿਮ ਕਾਰਬੇਟ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਕਿਵੇਂ ਦਾ ਮਾਹੌਲ ਰਿਹਾ, ਕੀ ਚੱਲ ਰਿਹਾ ਅਤੇ ਸਾਨੂੰ ਕਿੱਦਾਂ ਲੋੜ ਹੈ, ਅੱਗੇ ਫਿਊਚਰ ਕੀ ਹੋਣ ਵਾਲਾ। ਸਹੀ, ਸਾਰੀ ਤੁਹਾਡੀ ਉਸ ਹਿਮਾਲਿਆ ਦੀ ਜਰਨੀ 'ਤੇ, ਹਿਮਾਲਿਆ ਦੀ ਜਰਨੀ 'ਤੇ, ਲੈਪਰਡ, ਮੈਂ ਮਤਲਬ ਸਟੂਡੈਂਟ ਤੋਂ ਲੈਪਰਡ ਵਾਲੇ ਪਾਸੇ ਨੂੰ ਕਿਵੇਂ ਸ਼ਿਫਟ ਹੋਇਆ, ਟਰਾਂਸਫਰਮੇਸ਼ਨ ਕਿਵੇਂ ਹੋਈ, ਕਿਵੇਂ ਕਿਵੇਂ ਮੈਂ ਸਿੱਖਿਆ, ਕਿਵੇਂ ਪ੍ਰੋਜੈਕਟਸ ਆਏ। ਫਿਰ ਉਸ ਤੋਂ ਬਾਅਦ ਇੱਕ ਉਹਦੇ 'ਚ ਕਾਫੀ ਚੰਕ ਹੈਗਾ ਵੱਡਾ ਜਿਹੜਾ ਹਿੱਸਾ ਜਿਹਦੇ 'ਚ ਮੈਂ ਸਿਰਫ ਅਤੇ ਸਿਰਫ ਉਹ ਆਦਮਖੋਰ ਲੈਪਰਡਸ ਬਾਰੇ ਹੀ ਗੱਲ ਕੀਤੀ ਹੈ। ਅੱਛਾ। ਵੀ ਉਹ ਕਿਉਂ ਨੇ, ਕੀ ਹੈ ਵਜ੍ਹਾ, ਅੱਗੇ ਹੁਣ ਨਵੇਂ ਪ੍ਰੋਜੈਕਟ ਉੱਥੇ ਚੱਲਦੇ ਨੇ, ਸੜਕਾਂ ਦਾ ਚੌੜੀਕਰਨ ਹੋ ਰਿਹਾ, ਬੇਤਹਾਸ਼ਾ ਜੰਗਲ ਕੱਟ ਕੱਟ ਕੇ ਸਰਕਾਰਾਂ ਸੜਕਾਂ ਬਣਾਈਆਂ ਜਾ ਰਹੀਆਂ ਨੇ, ਉਹਦਾ ਕੀ ਨੁਕਸਾਨ ਹੋਊਗਾ ਜਾਂ ਉਹ ਕਿਸ ਪਾਸੇ ਨੂੰ ਢੁਕੂਗੀ ਗੱਲ, ਉਹਦੇ ਬਾਰੇ ਗੱਲ ਕੀਤੀ ਉਹਦੇ ਵਿੱਚ। ਉਹ ਨੁਕਸਾਨ ਤਾਂ ਪੰਜਾਬ 'ਚ ਹੀ ਹੋਊਗਾ। ਉਹ ਪੰਜਾਬ 'ਚ ਵੀ ਹੋਊਗਾ, ਬਿਲਕੁਲ ਪੰਜਾਬ 'ਚ ਹੋ ਰਿਹਾ। ਪੰਜਾਬ 'ਚ ਤੁਸੀਂ ਜਿਵੇਂ ਸ਼ੁਰੂ 'ਚ ਕਿਹਾ, ਸਾਡੇ ਕੋਲ ਮੁੱਖ ਸਰਮਾਇਆ ਸਿਰਫ ਪਾਣੀ ਹੈ ਅਤੇ ਦੂਜਾ ਮੈਂ ਕਹਿੰਦਾ ਮਿੱਟੀ ਹੈ, ਮਿੱਟੀ ਜਿਹੜੀ ਇਹਨਾਂ ਪਾਣੀਆਂ ਵੱਲੋਂ ਹੀ ਲੈ ਕੇ ਵਿਛਾਈ ਜਾਂਦੀ ਹੈ। ਜੀ ਜੀ। ਅਤੇ ਹੁਣ ਕਿਉਂਕਿ ਸਾਡੇ ਹੁਣ ਹੜ੍ਹ ਤਾਂ ਚਲੋ ਇੱਕ ਪੰਜਾਬ 'ਚ ਪਿਛਲੇ ਵਾਰੀ ਆਇਆ, ਸਾਡੀ ਬੱਲੇ ਬੱਲੇ ਕਰਾਤੀ, ਪਰ ਨੋਰਮਲੀ ਪੰਜਾਬ ਤਾਂ ਫਲੱਡ ਪਲੇਨ ਹੈ, ਹੜ੍ਹਾਂ ਦੀ ਧਰਤੀ ਹੈ, ਇੱਥੇ ਹੜ੍ਹ ਆਉਂਦੇ ਹੀ ਸੀਗੇ। ਹੁਣ ਜਦ ਅਸੀਂ ਡੈਮ ਬਣੇ ਨੇ, ਉਹਨਾਂ ਡੈਮਾਂ ਡੂਮਾਂ ਤੋਂ ਬਾਅਦ ਉਪਜਾਊ ਮਿੱਟੀ ਆਉਣੀ ਬੰਦ ਹੋ ਗਈ ਲੋਕਾਂ ਨੂੰ, ਕਿਉਂਕਿ ਫਸਲ ਲੈਣੀ ਆ, ਹਰੀ ਕ੍ਰਾਂਤੀ ਦਾ ਲੋੜ ਹੈ, ਅਤੇ ਉਹਦੇ 'ਚ ਖਾਦਾਂ ਖੁਦਾਂ ਦਾ ਇਸਤੇਮਾਲ ਹੋਣ ਲੱਗ ਗਿਆ। ਜੀ। ਹੁਣ ਜਿਹੜੀ ਸਾਡੇ ਕੋਲ ਟੌਪ ਲੇਅਰ ਹੈ, ਉਹ ਇਹਨਾਂ ਹਾਈਵਿਆਂ ਉੱਪਰ ਸੁੱਟੀ ਜਾ ਰਹੀ ਹੈ। ਹਾਂਜੀ। ਜਿਹੜਾ ਇੱਕ ਵੱਡਾ ਨੁਕਸਾਨ ਸਾਨੂੰ, ਜਿਹੜੀ ਮਿੱਟੀ ਉਪਜਾਊ ਕੀਤੀ ਹੋਈ ਹੈ। ਹਾਂ, ਉਪਜਾਊ ਅਸੀਂ ਕੀਤੀ ਇੰਨੇ ਸਾਲਾਂ ਦੀ ਮਿਹਨਤ ਨਾਲ, ਉਹ ਅਸੀਂ ਹੁਣ ਉਹ ਭਰਤੀ ਦੇ ਪੈਸੇ ਕਾਫੀ ਮਿਲਦੇ ਨੇ ਮਿੱਟੀ ਚੱਕਣ ਦੇ। ਹਾਂ। ਅਤੇ ਹੁਣ ਉਹ ਭਰਤੀ ਦੇ ਰੂਪ 'ਚ ਜਾ ਰਹੀ ਹੈ, ਕੁਛ ਕਲੋਨੀਆਂ ਖਾ ਰਹੀਆਂ ਖੇਤਾਂ ਨੂੰ, ਅਤੇ ਉਸ ਤੋਂ ਇਲਾਵਾ ਜਿਹੜੀ ਖੇਤਾਂ ਦੀ ਮਿੱਟੀ ਆ ਉਹ ਜਿਹੜੀ ਹਾਈਵੇ ਦੇ ਉੱਪਰ ਪੈ ਰਹੀ ਹੈ, ਜਦਕਿ ਕਲੀਅਰ ਇੰਸਟਰਕਸ਼ਨਸ ਨੇ ਕਿ ਉਹ ਫਲਾਈ ਐਸ਼ ਜਿਹੜੀ ਹੁੰਦੀ ਆ ਭੱਠਿਆਂ ਦੀ ਜਾਂ ਫੈਕਟਰੀਆਂ ਦੀ, ਉਹ ਵਰਤੀ ਜਾਣੀ ਚਾਹੀਦੀ ਆ, ਪਰ ਉਹਨੂੰ ਕੋਈ, ਪਰ ਰਾਤ ਦਿਨ ਟਿੱਪਰ ਚੱਲਦੇ ਨੇ, ਟਿੱਪਰ ਚੱਲ ਰਹੇ ਬਿਲਕੁਲ। ਅਤੇ ਪੰਜਾਬ ਦਾ ਵਡਮੁੱਲਾ ਖਜ਼ਾਨਾ ਜਿਹੜਾ ਉਹ ਦੋਨਾਂ ਹੱਥਿਆਂ ਨਾਲ ਦੋਨਾਂ ਹੱਥਾਂ ਨਾਲ ਲੁੱਟਿਆ ਜਾ ਰਿਹਾ, ਟਿੱਪਰ ਭਰ ਭਰ ਲੁੱਟਿਆ ਜੀ, ਇਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਹੁਣ ਅਸੀਂ ਅੱਗੇ ਇਨਵਾਇਰਮੈਂਟ ਬਾਰੇ ਜਿਹੜੀ ਉਹ ਗੱਲ ਕਰਨੀ ਆ, ਅਤੇ ਇਸ ਵੀਡੀਓ ਨੂੰ ਅਸੀਂ ਇੱਥੇ ਰੋਕਦੇ ਹਾਂ, ਅਤੇ ਅਖੀਰ 'ਚ ਸੋ ਭਾਅ ਜੀ ਤੁਹਾਡਾ ਕੋਈ ਵਾਈਲਡ ਲਾਈਫ ਨੂੰ ਲੈ ਕੇ ਸੁਨੇਹਾ ਪੰਜਾਬੀਆਂ ਨੂੰ। ਮੇਰਾ ਪੰਜਾਬੀਆਂ ਨੂੰ ਇੱਕ ਸੁਨੇਹਾ ਇਹੀ ਹੈ ਕਿ ਤੁਸੀਂ ਤੁਹਾਡੇ ਪੁਰਖੇ, ਸਾਡੇ ਗੁਰੂ ਸਾਹਿਬਾਨ ਜੀ ਅਤੇ ਉਹਨਾਂ ਦੇ ਵੀ ਪੁਰਖੇ ਸਾਰੇ ਪੰਜਾਬ ਦੀ ਇਸ ਜ਼ਰਖੇਜ਼ ਮਿੱਟੀ ਉੱਪਰ ਜੰਮੇ ਪਲੇ ਨੇ, ਅਤੇ ਬਿਨਾਂ ਕੁਦਰਤ ਦੇ ਸਹਿਯੋਗ ਨਾਲ ਅਸੀਂ ਪੰਜਾਬੀ ਪੰਜਾਬੀ ਕਦੀ ਨਹੀਂ ਹੋ ਸਕਦੇ ਸੀ। ਅਤੇ ਹੁਣ ਪਿਛਲੇ ਕੁਛ ਦਹਾਕਿਆਂ ਵਿੱਚ ਅਸੀਂ ਲਾਲਚ ਵਸ਼ ਕਹਿ ਲਓ ਭੁੱਲ ਕੇ, ਅਸੀਂ ਫਸਲੀ ਚੱਕਰਾਂ 'ਚ ਪੈ ਗਏ ਜਾਂ ਜਿੱਦਾਂ ਵੀ ਕਹੀਏ, ਅਸੀਂ ਆਪਦੀ ਕੁਦਰਤ ਦਾ ਗਲਾ ਘੁੱਟਣ ਲੱਗ ਗਏ ਅਤੇ ਭੁੱਲ ਬੈਠੇ ਕਿ ਕੁਦਰਤ ਸਾਨੂੰ ਪਿਛਲੇ ਕਈ ਸਦੀਆਂ ਤੋਂ, ਕਈ ਪੀੜ੍ਹੀਆਂ ਤੋਂ ਪਾਲਦੀ ਆ ਰਹੀ ਹੈ ਜੀ। ਅਤੇ ਜੇ ਅਸੀਂ ਇਹਦੀ ਇੱਜ਼ਤ ਜਾਂ ਕਦਰ ਕਰਾਂਗੇ ਸਾਨੂੰ ਅੱਗੇ ਵੀ ਪਾਲੂਗੀ। ਅਤੇ ਜੰਗਲੀ ਜੀਵਾਂ ਤੋਂ ਡਰਨ ਦੀ ਬਜਾਏ ਇਹਨਾਂ ਬਾਰੇ ਸਮਝੋ, ਅਸੀਂ ਪੰਜਾਬੀ ਹਾਂ, ਸਾਡੇ ਪੁਰਖਿਆਂ ਨੇ ਸ਼ੇਰਾਂ ਤੱਕ ਨਾਲ ਲੜਾਈਆਂ ਲੜੀਆਂ ਨੇ ਜਿਹਦਾ ਇਤਿਹਾਸ 'ਚ ਦਰਜ ਹੈ ਜੀ। ਅਤੇ ਸਾਡੇ ਅਸੀਂ ਲੋਕ ਸੱਪਾਂ ਤੋਂ ਜਾਂ ਹੋਰ ਜੰਗਲੀ ਜਾਨਵਰਾਂ ਤੋਂ ਡਰ ਡਰ ਕੇ ਜ਼ਿੰਦਗੀ ਨਹੀਂ ਕੱਟ ਸਕਦੇ, ਅਸੀਂ ਇਹਨਾਂ ਬਾਰੇ ਸਿੱਖੀਏ ਅਤੇ ਇਹਨਾਂ ਤੋਂ ਹੀ ਕਮਾਈ ਦਾ ਕੋਈ ਸੰਸਾਧਨ ਪੈਦਾ ਕਰੀਏ। ਅਤੇ ਬਾਕੀ ਜਿਹੜੇ ਪੰਜਾਬ 'ਚ ਵਾਈਲਡ ਲਾਈਫ 'ਚ ਕੋਈ ਮੇਰਾ ਮਿੱਤਰ ਸੱਜਣ ਕੋਈ ਕੰਮ ਕਰਨਾ ਚਾਹੁੰਦਾ ਇਸ ਫੀਲਡ ਦੇ ਵਿੱਚ, ਮੈਂ ਤਲਾਸ਼ ਚਾਹੁੰਦਾ ਲੋਕਾਂ ਦੀ ਜਿਹੜੇ ਮੇਰੇ ਨਾਲ ਆ ਕੇ ਜੁੜਨ, ਅਤੇ ਅਸੀਂ ਇਸ ਉਪਰਾਲੇ ਨੂੰ ਜਾਮੀ ਕਹਿ ਲਓ ਜਿਹੜਾ। ਤੁਸੀਂ ਆਪਣਾ ਕੋਈ ਆਪਣਾ ਇੰਸਟਾਗ੍ਰਾਮ ਦਾ ਜਾਂ ਕੋਈ ਦੱਸ ਦਿਓ ਵੀ ਕਿਵੇਂ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਹਾਂਜੀ, ਮੈਂ ਇੰਸਟਾਗ੍ਰਾਮ 'ਤੇ ਸੁਨਾਲ ਕੇ ਰੋਮਿਨ SUNAL KROAMIN ਮੇਰਾ ਇੰਸਟਾ ਹੈਂਡਲ ਹੈ, ਅਤੇ ਫੇਸਬੁੱਕ 'ਤੇ ਵੀ ਇਸ ਨਾਮ ਨਾਲ, ਗੂਗਲ 'ਤੇ ਸਰਚ ਕਰ ਸਕਦੇ ਹੋ, ਯੂਟਿਊਬ 'ਤੇ ਸਰਚ ਕਰ ਸਕਦੇ ਹੋ,
ਅਤੇ ਜਿਹੜਾ ਵੀ ਕੋਈ ਚਾਹੇ ਸੱਜਣ ਜੁੜਨਾ ਚਾਹੁੰਦਾ ਹੈ, ਕੋਈ ਸਕੂਲਾਂ ਕਾਲਜਾਂ ਦੇ ਸਟੂਡੈਂਟਸ ਜਿਹੜੇ ਚਾਹੁੰਦੇ ਨੇ ਇਸ ਫੀਲਡ ਦੇ ਵਿੱਚ ਕਰੀਅਰ ਬਣਾਉਣਾ, ਅਤੇ ਉਹ ਸੰਪਰਕ ਕਰ ਸਕਦੇ ਨੇ, ਅਤੇ ਅਸੀਂ ਆਓ ਰਲ ਕੇ ਪੰਜਾਬ ਦੇ ਲਈ, ਜੰਗਲੀ ਜੀਵਾਂ ਦੇ ਲਈ, ਕੁਦਰਤ ਲਈ ਕੁਛ ਕਰੀਏ। ਜੀ ਬਹੁਤ ਬਹੁਤ ਧੰਨਵਾਦ ਜੀ, ਜਿਹੜੀ ਤੁਸੀਂ ਗੱਲ ਕੀਤੀ ਆ ਵੀ ਕੁਦਰਤ ਤੋਂ ਬਿਨਾਂ ਪੰਜਾਬੀ ਕਿਸੇ ਕੰਮ ਦੇ ਨਹੀਂ, ਹਾਲਾਂਕਿ ਕੋਈ ਮਨੁੱਖੀ ਕਿਸੇ ਕੰਮ ਦਾ ਨਹੀਂ, ਪਰ ਫਿਰ ਵੀ ਮੈਨੂੰ ਲੱਗਦਾ ਇਹ ਸਾਨੂੰ ਆਪਣੀ ਇੱਕ ਟੈਗਲਾਈਨ ਜ਼ਰੂਰ ਬਣਾਉਣੀ ਚਾਹੀਦੀ ਹੈ। ਜੀ ਬਹੁਤ ਤਾਕਤਵਰ ਇਹ ਸ਼ਬਦ ਨੇ। ਬਿਲਕੁਲ ਜੀ, ਆਈ ਹੋਪ ਲੋਕ ਇਸ ਚੀਜ਼ ਨੂੰ ਧਿਆਨ ਦੇਣਗੇ ਇਸ ਬਾਰੇ। ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।